सिमरो अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जुन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जो नमो कर जोरी गुरु हर कृष्ण मनाए बहोरी गुरु तेग बहादुर परम कृपाला वाहिगुरु परम कृपाला श्री गुरु गोविंद सिंह बिसाला तरो तरा पर पुन पुन सीसा पुन पुन सीसा बंदो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उद्द बंदों कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सो वाहे गुरु जी की फतेह विघ्न विनाशन सो सतनाम श्री वाहेगुरु साहिब जी दोहरा पीछे सबन पंदेहरन महमा सुनी बिसाल होते पुरख पूरन गुरु सब पर होत कृपाल पीछे सबन पंदेहरन महमा सुनी बिसाल सच्चे पातशाह गरीब नवाज दीन दुनिया दे मालक चावर शतर तख्त दे मालक अंतरजामी सच्चे पातशाह दासां गरीबां सिखां दी सहायता करन वाले कृपा करन वाले दया करन वाले रहमतां करन वाले बख्शिशां करन वाले तन तन सच्चे पातशाह गरीब नवाज तन तन श्री गुरु ग्रंथ साहिब जी महाराज 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 सतगुरु जी दी पवित्र पावन हाजरी विखे सुभाए मान गुरु जी दी पवित्र पावन हाजरी विखे सुभाए मान संगत जी बड़े ही प्यार नाल सारियां संगतां दोवें हाथ जोड़ के गज के आखो जी वाहिगुरु जी का खालसा वाहिगुरु जी की फतेह
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਹੁਤੇ ਕਿਰਪਾਲੂ ਸੱਚੇ ਪਾਤਸ਼ਾਹ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਪੰਥ ਦੇ ਵਿੱਚ ਦੋ ਚਾਰ ਪ੍ਰਸੰਗ ਜਿਹੜੇ ਹੈ ਉਹ ਹੀ ਸਾਧ ਸੰਗਤ ਜੀ ਪ੍ਰਸਿੱਧ ਹਨ। ਮੱਖਣ ਸ਼ਾਹ ਦਾ ਪ੍ਰਸੰਗ ਪ੍ਰਸਿੱਧ ਹੈ ਅਤੇ ਜਾਂ ਫਿਰ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਪ੍ਰਸੰਗ ਜਿਹੜਾ ਹੈ ਉਹ ਪ੍ਰਸਿੱਧ ਹੈ। ਬਾਕੀ ਬਹੁਤ ਸਾਰੀਆਂ ਸੰਗਤਾਂ ਨੂੰ ਮੇਰੇ ਸਤਿਗੁਰੂ ਜੀ ਦੇ ਜੀਵਨ ਦੇ ਬਹੁਤ ਘੱਟ ਪ੍ਰਸੰਗ ਜਿਹੜੇ ਹਨ ਉਹ ਪਤਾ ਹਨ। ਜਦੋਂ ਅਸੀਂ ਲੜੀਵਾਰ ਕਥਾ ਸੁਣਦੇ ਹਾਂ ਅਤੇ ਸਾਧ ਸੰਗਤ ਜੀ ਫਿਰ ਪਤਾ ਲੱਗਦਾ ਗੁਰੂ ਜੀ ਨੇ ਕਿੱਥੇ ਕਿੱਥੇ ਕਿਵੇਂ ਕਿਵੇਂ ਕਿਰਪਾ ਕੀਤੀ ਹੈ। ਆਪ ਜੀ ਨੇ ਸਰਵਣ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਹੰਡਿਆਏ ਪਿੰਡ ਵਿੱਚ ਪਹੁੰਚੇ ਜੀ। ਪਹਿਲਾਂ ਮਹਾਰਾਜ ਜੀ ਸ਼ੇਖੇ ਪਿੰਡ ਵਿੱਚ ਗਏ। ਸ਼ੇਖੇ ਪਿੰਡ ਵਾਲੇ ਜਿਹੜਾ ਸਰਦਾਰ ਸੀਗਾ ਤਲੋਕਾ ਉਹਨੇ ਸਤਿਕਾਰ ਨਹੀਂ ਕੀਤਾ, ਸਖਤੀ ਵਾਲਾ ਬਚਨ ਉਹਨੇ ਜਿਹੜਾ ਉਹ ਪ੍ਰਾਪਤ ਕੀਤਾ ਜੀ। ਦੋ ਤਿੰਨ ਭਾਈ ਤਲੋਕੇ ਹੋਏ ਆ ਇਤਿਹਾਸ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਭਾਈ ਤਲੋਕਾ ਇੱਕ ਵੱਖਰਾ ਹੋਇਆ ਜੀ। ਮਹਾਰਾਜ ਜੀ ਹੰਡਿਆਏ ਪਿੰਡ ਵਿੱਚ ਪਹੁੰਚੇ ਅਤੇ ਤੁਸਾਂ ਸੁਣਿਆ ਉੱਥੇ ਉਸ ਸਮੇਂ ਬੁਖਾਰ ਚੱਲ ਰਿਹਾ ਸੀਗਾ, ਬਹੁਤ ਲੋਕ ਬੁਖਾਰ ਤੋਂ ਦੁਖੀ ਸਨ, ਪੀੜਿਤ ਸਨ। ਜਿਹਨੂੰ ਉਹ ਬੁਖਾਰ ਚੜ੍ਹ ਜਾਂਦਾ ਸੀ ਉਹਦੀ ਮੌਤ ਅਵਸ਼ ਹੁੰਦੀ ਸੀਗੀ ਜੀ, ਉਹ ਮਰਦਾ ਹੀ ਮਰਦਾ ਸੀ। ਜਿਹਨੂੰ ਬੁਖਾਰ ਚੜ੍ਹਦਾ ਸੀ ਉਹ ਬਚਦਾ ਨਹੀਂ ਸੀ। ਇੱਕ ਵਿਅਕਤੀ ਹੈ ਨੌਜਵਾਨ ਸੀ ਪਰ ਉਹਨੂੰ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਕਿਵੇਂ ਸਾਧ ਸੰਗਤ ਜੀ ਉਹ ਤੜਪ ਰਿਹਾ ਸੀ, ਕਲਪ ਰਿਹਾ ਸੀ ਉਹ ਤੁਸੀਂ ਸੁਣਿਆ। ਪਿੰਡ ਦੇ ਲੋਕ ਮਹਾਰਾਜ ਜੀ ਦੇ ਕੋਲ ਬੈਠੇ ਸਨ, ਉਹਨਾਂ ਪਿੰਡ ਦੇ ਲੋਕਾਂ ਨੇ ਮਹਾਰਾਜ ਨੂੰ ਦੱਸਿਆ, ਸੱਚੇ ਪਾਤਸ਼ਾਹ ਜੀ ਅਸੀਂ ਤਾਂ ਉਪਚਾਰ ਕਰ ਕਰਕੇ ਹਾਰ ਗਏ ਹਾਂ ਅਤੇ ਮਹਾਰਾਜ ਜੀ ਤੁਹਾਡੇ ਕੋਈ ਇਲਾਜ ਹੈ ਤਾਂ ਦੱਸ ਦਿਓ। ਅਤੇ ਗੁਰੂ ਸਾਹਿਬ ਮਹਾਰਾਜ ਜੀ ਜਿੱਥੇ ਬੈਠੇ ਸਨ ਸਾਹਮਣੇ ਇੱਕ ਪਾਣੀ ਦਾ ਟੋਇਆ ਸੀ ਸਾਧ ਸੰਗਤ ਜੀ, ਬਹੁਤਾ ਵੱਡਾ ਨਹੀਂ ਸੀ, ਨਿੱਕਾ ਜਿਹਾ ਛੱਪੜ ਕਹਿ ਲਓ। ਗੁਰੂ ਸਾਹਿਬ ਨੇ ਆਪਣੀ ਮਿਹਰਾਂ ਭਰੀ ਦ੍ਰਿਸ਼ਟੀ ਉਹਦੇ ਉੱਤੇ ਪਾਈ ਅਤੇ ਦੋ ਪੁਰਸ਼ਾਂ ਨੂੰ ਕਿਹਾ ਵੀ ਇਹਨੂੰ ਚੁੱਕ ਕੇ ਉਸ ਛੱਪੜ ਵਿੱਚ ਨਿਭਾ ਦਿਓ, ਇਸ਼ਨਾਨ ਕਰਾ ਦਿਓ। ਜਦੋਂ ਉਹਨੂੰ ਚੁੱਕ ਕੇ ਉਸ ਛੱਪੜ ਦੇ ਵਿੱਚ ਇਸ਼ਨਾਨ ਕਰਵਾਇਆ, ਛੱਪੜ ਕਾਹਦਾ ਰਹਿ ਗਿਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ 'ਤੇ ਦੀ ਦ੍ਰਿਸ਼ਟੀ ਪੈ ਗਈ ਉਹ ਸਰੋਵਰ ਬਣ ਗਿਆ ਅਤੇ ਉਹਦਾ ਜਿਹੜਾ ਪਾਣੀ ਹੈ ਉਹ ਜਲ ਬਣ ਗਿਆ ਸਾਧ ਸੰਗਤ ਜੀ। ਜਦੋਂ ਉਹਦੀ ਦ੍ਰਿਸ਼ਟੀ ਮਹਾਰਾਜ ਜੀ ਦੀ ਦ੍ਰਿਸ਼ਟੀ ਪਈ, ਉਸ ਮਨੁੱਖ ਨੂੰ ਨਵਾਇਆ, ਇਸ਼ਨਾਨ ਕਰਾਇਆ। ਜਿੱਥੇ ਜਿੱਥੇ ਜਲ ਟੱਚ ਹੋ ਗਿਆ ਨਾ ਜੀ, ਛੂ ਗਿਆ, ਉੱਥੋਂ ਉੱਥੋਂ ਬੁਖਾਰ ਦੂਰ ਹੋ ਗਿਆ ਜੀ। ਸਾਰੇ ਸਰੀਰ ਦਾ ਚੁੱਭਾ ਲਵਾਇਆ ਜੀ। ਜਿਹੜਾ ਮਨੁੱਖ ਮਰ ਰਿਹਾ ਸੀ, ਜਿਹਦੇ ਜੀਣ ਦੀ ਆਸ ਹੀ ਕੋਈ ਨਹੀਂ ਸੀ, ਸਾਧ ਸੰਗਤ ਜੀ ਉਹ ਤੁਰੰਤ ਹੀ ਨਿਰੋਗੀ ਹੋ ਗਿਆ। ਉਹਨੇ ਨਮਸਕਾਰ ਕੀਤੀ। ਜਦੋਂ ਪਿੰਡ 'ਚ ਗਿਆ ਅਤੇ ਜਾਂਦਿਆਂ ਜਾਂਦਿਆਂ ਲੋਕਾਂ ਨੇ ਵੇਖਿਆ ਵੀ ਇਹਨੇ ਤਾਂ ਮਰ ਹੀ ਜਾਣਾ ਸੀ, ਇਹ ਠੀਕ ਕਿਵੇਂ ਹੋ ਗਿਆ। ਉਹਨੇ ਦੱਸਿਆ ਵੀ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਜ਼ੀ ਕੀਤਾ, ਹੰਡਿਆਏ ਪਿੰਡ ਦੇ ਬਹੁਤੇ ਹੀ ਲੋਕ ਸੱਚੇ ਪਾਤਸ਼ਾਹ ਜੀ ਦੇ ਫਿਰ ਚਰਨਾਂ ਵਿੱਚ ਆਏ। ਮਹਾਰਾਜ ਸਾਨੂੰ ਵੀ ਬੁਖਾਰ ਚੜ੍ਹਿਆ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਗੁਰੂ ਜੀ ਨੇ ਕਿਰਪਾ ਕੀਤੀ, ਸਭ ਨੂੰ ਹੀ ਕਿਹਾ ਭਾਈ ਵਾਹਿਗੁਰੂ ਕਹਿ ਕੇ ਇਸ਼ਨਾਨ ਕਰੀ ਜਾਓ। ਵਾਹਿਗੁਰੂ ਕਹਿ ਕੇ ਸਾਰੇ ਇਸ਼ਨਾਨ ਕਰਦੇ ਗਏ ਅਤੇ ਸਾਧ ਸੰਗਤ ਜੀ ਫਿਰ ਗੁਰੂ ਜੀ ਦੀ ਕਿਰਪਾ ਵਰਤੀ, ਹੰਡਿਆਏ ਪਿੰਡ ਦੇ ਸਾਰੇ ਲੋਕ ਹੀ ਨਿਰੋਗੀ ਹੋ ਗਏ ਜੀ, ਕਿਸੇ ਨੂੰ ਰੋਗ ਨਹੀਂ ਰਿਹਾ। ਮਹਾਰਾਜ ਨੇ ਕਿਹਾ ਵੀ ਜਿਹੜਾ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਉਹਨੂੰ ਮੁੜ ਬੁਖਾਰ ਨਹੀਂ ਚੜ੍ਹੇਗਾ।
ਕਿਵੇਂ ਦੁੱਖ ਦੂਰ ਕੀਤੇ ਸੱਚੇ ਪਾਤਸ਼ਾਹ ਜੀ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਜਾ ਕੇ ਆਇਆ, ਹੁਣ ਉਹ ਛੱਪੜ ਬੜਾ ਹੀ ਵੱਡਾ ਸਰੋਵਰ ਬਣਿਆ ਹੋਇਆ, ਉੱਥੇ ਸਰੋਵਰ ਦੇ ਕੰਢੇ 'ਤੇ ਸਤਿਗੁਰੂ ਜੀ ਦਾ ਅਸਥਾਨ ਬਣਿਆ ਹੋਇਆ। ਕਹਿੰਦੇ ਮੈਂ ਦਰਸ਼ਨ ਕੀਤੇ ਹਨ, ਅੱਜ ਵੀ ਉਸ ਪਿੰਡ ਵਿੱਚ ਗੁਰੂ ਜੀ ਦੀ ਮਹਿਮਾ ਜਿਹੜੀ ਹੈ ਉਹ ਫੈਲੀ ਹੋਈ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਫਿਰ ਕਰ ਦੇਣਾ। ਪਿਆਰਿਓ, ਸਾਡੇ ਗੁਰੂ ਜੀ ਬੜੇ ਵੱਡੇ ਹਨ, ਬੜੇ ਵੱਡੇ ਹਨ। ਆਮ ਕੋਈ ਵਿਅਕਤੀ ਆਪਣੀ ਬਖਸ਼ਿਸ਼ ਦੀ, ਆਪਣੀ ਬੰਦਗੀ ਦੀ ਕਲਾ ਵਰਤਾ ਕੇ ਗਿਆ ਹੋਵੇ, ਹੋ ਸਕਦਾ ਸਮੇਂ ਦੇ ਨਾਲ ਉਹ ਮੁੱਕ ਜਾਵੇ। ਕਿਉਂ? ਕਿਉਂਕਿ ਆਮ ਜੀਵਾਂ ਦੀ ਬੰਦਗੀ ਜਿਹੜੀ ਹੈ ਉਹ ਇੱਕ ਸੀਮਾ ਦੇ ਵਿੱਚ ਹੈ, ਉਹ ਥੋੜ੍ਹੀ ਹੈ, ਪਰ ਗੁਰੂ ਜੀ ਦੀ ਬਖਸ਼ਿਸ਼ ਅਨੰਤ ਹੈ, ਕਦੀ ਨਹੀਂ ਮੁੱਕਦੀ, ਕਦੀ ਨਹੀਂ ਮੁੱਕਦੀ। ਅੱਜ ਤੱਕ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਅੱਜ ਤੱਕ ਉਸ ਸਰੋਵਰ ਵਿੱਚ ਜਿਹੜਾ ਇਸ਼ਨਾਨ ਕਰ ਲੈਂਦਾ ਸਤਸੰਗਤ ਜੀ, ਉਹਦਾ ਬੁਖਾਰ ਉਤਰ ਜਾਂਦਾ ਹੈ। ਹੋਰ ਗੱਲਾਂ ਛੱਡੋ, ਹੰਡਿਆਇਆ ਤਾਂ ਫਿਰ ਬਹੁਤ ਦੂਰ ਹੈ, ਇੱਥੋਂ ਵੱਧ ਤੋਂ ਵੱਧ ਨਹੀਂ ਤਾਂ 3 ਕਿਲੋਮੀਟਰ ਦੀ ਦੂਰੀ 'ਤੇ ਗੁਰਦੁਆਰਾ ਨਾਨਕ ਸਰ ਵੇਰਕਾ ਹੋਏਗਾ, ਵੱਧ ਤੋਂ ਵੱਧ ਮੈਂ ਕਹਿ ਰਿਹਾ। ਆਪਣੇ ਲਾਗੇ ਹੀ ਹੈ, ਜਦੋਂ ਸਤਿਗੁਰੂ ਖੁਦ ਨਿਰੰਕਾਰ ਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ 'ਤੇ ਵਿਚਰੇ, ਮਹਾਰਾਜ ਨੇ ਉੱਥੇ ਚਰਨ ਪਾਏ ਜੀ। ਮਹਾਰਾਜ ਜੀ ਨੇ ਜਦੋਂ ਉੱਥੇ ਚਰਨ ਪਾਏ, ਉੱਥੇ ਵੀ ਛੱਪੜ ਸੀਗਾ ਲਾਗੇ, ਪਹਿਲਾਂ ਆਮ ਹੀ ਛੱਪੜ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਲਗਭਗ ਹਰ ਪਿੰਡ ਦੇ ਬਾਹਰ ਮਾੜਾ ਮੋਟਾ ਛੱਪੜ ਜਿਹੜਾ ਉਹ ਹੁੰਦਾ ਹੀ ਸੀਗਾ ਜੀ ਪਹਿਲੇ ਸਮੇਂ ਵਿੱਚ। ਵੇਰਕਾ ਨਗਰ ਤਾਂ ਪੁਰਾਣਾ ਹੀ ਸੀ, ਬਾਹਰ ਸਾਰ ਸੰਗਤ ਜੀ ਛੱਪੜ ਸੀ। ਮਹਾਰਾਜ ਆ ਕੇ ਬੈਠੇ, ਇੱਕ ਮਾਈ ਨੇ ਵੇਖਿਆ ਇਹਨਾਂ ਦੇ ਚਿਹਰੇ 'ਤੇ ਬੜਾ ਨੂਰ ਹੈ, ਇਹ ਰੱਬੀ ਪੁਰਸ਼ ਹੀ ਲੱਗਦੇ ਹੈ। ਉਸ ਮਾਈ ਦਾ ਪੋਤਰਾ ਸੀਗਾ ਸਾਧ ਸੰਗਤ ਜੀ, ਨੂੰ ਸੋਕਾ ਪਿਆ ਸੀ, ਸੋਕਾ ਜੀ, ਸਰੀਰ ਬਹੁਤ ਪਤਲਾ ਸੀ, ਸੁੱਕਾ ਜਿਹਾ ਸਰੀਰ ਸੀਗਾ। ਉਹ ਮਹਾਰਾਜ ਦੇ ਕੋਲ ਲੈ ਕੇ ਆਈ, ਕਹਿੰਦੀ ਰੱਬੀ ਪੁਰਸ਼ੋ, ਮੇਰੇ ਪੋਤਰੇ ਦਾ ਸੋਕਾ ਦੂਰ ਕਰ ਦਿਓ। ਮਹਾਰਾਜ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ ਉਸ ਛੱਪੜੀ ਉੱਤੇ। ਮਹਾਰਾਜ ਕਹਿੰਦੇ ਫਿਰ ਇਸ ਬੱਚੇ ਨੂੰ ਇਸ ਛੱਪੜੀ ਵਿੱਚ ਇਸ਼ਨਾਨ ਕਰਾਓ। ਸਤਸੰਗਤ ਜੀ ਜਦੋਂ ਉਸ ਛੱਪੜੀ 'ਚ ਇਸ਼ਨਾਨ ਕਰਾਇਆ ਅਤੇ ਉਹ ਬੱਚੇ ਦਾ ਸਰੀਰ ਜਿਹੜਾ ਸੀ ਨਾ ਉਹ ਹਰਿਆ ਭਰਿਆ ਹੋ ਗਿਆ, ਸੂਕੇ ਹਰੇ ਕੀ ਹੈ ਖਿੰਨ ਮਾਹ, ਖਿੰਨ ਲੱਗਦਾ ਸੁੱਕਿਆਂ ਨੂੰ ਹਰੇ ਕਰਨ ਵਾਸਤੇ। ਅਤੇ ਦਾਸ ਦਾ ਆਪਣਾ ਸਰੀਰ ਜਿਹੜਾ ਸੀ ਨਾ, ਮੈਂ ਵੀ ਬਚਪਨ 'ਚ ਬਹੁਤ ਸੁੱਕਾ ਜਿਹਾ ਸਰੀਰ ਹੁੰਦਾ ਸੀ ਮੇਰਾ, ਅਤੇ ਸਾਡੇ ਕਿਸੇ ਰਿਸ਼ਤੇਦਾਰਾਂ ਦਾ ਸ਼ਗਨ ਲੱਗਣ ਰਿਹਾ ਸੀਗਾ ਜੀ, ਉੱਥੇ ਸ਼ਗਨ ਲੱਗ ਰਿਹਾ ਸੀ। ਅਤੇ ਮੇਰੇ ਦਾਦੀ ਜੀ ਨੇ ਵੀ ਮੈਨੂੰ ਉਸ ਸਰੋਵਰ ਵਿੱਚ ਛੋਟੇ ਜਿਹੇ ਹੁੰਦੇ ਨੂੰ ਇਸ਼ਨਾਨ ਕਰਵਾਇਆ ਸੀਗਾ ਜੀ। ਗੁਰੂ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ, ਬਖਸ਼ਿਸ਼ ਵਰਤਦੀ ਹੈ। ਸੋ ਹੰਡਿਆਏ ਪਿੰਡ ਤੋਂ ਸੱਚੇ ਪਾਤਸ਼ਾਹ ਮਹਾਰਾਜ ਤੁਰੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਹੰਡਿਆਏ ਤੋਂ ਤੁਰ ਕੇ ਪੌਲਾ ਪਿੰਡ ਪਹੁੰਚੇ ਜੀ। ਘੋੜਾ ਅੜ ਗਿਆ ਉੱਥੇ, ਘੋੜਾ ਅੱਗੇ ਨਾ ਤੁਰੇ, ਪਰ ਮਹਾਰਾਜ ਨੇ ਪੌਲੇ ਪਿੰਡ ਚਰਨ ਨਹੀਂ ਪਾਏ ਜੀ। ਉਹਨੂੰ ਮਹਾਰਾਜ ਨੇ ਚਾਬਕ ਮਾਰਿਆ, ਅੱਗੇ ਤੋਰਿਆ, ਨਾਲੇ ਬਚਨ ਕੀਤਾ ਕਿ ਇਸ ਪੌਲੇ ਪਿੰਡ ਵਿੱਚ ਪਰਮਾਤਮਾ ਨੂੰ ਮੰਨਣ ਵਾਲਾ ਕੋਈ ਨਹੀਂ ਰਹਿੰਦਾ, ਨਾਸਤਕ ਰਹਿੰਦੇ ਆ, ਇਸ ਕਰਕੇ ਅਸੀਂ ਇਸ ਪਿੰਡ 'ਚ ਨਹੀਂ ਉਤਰਦਾ। ਘੋੜਾ ਉੱਥੇ ਅੜਿਆ, ਇਸ ਕਰਕੇ ਉੱਥੇ ਗੁਰਦੁਆਰਾ ਅੜੀਸਰ ਬਣਿਆ ਹੋਇਆ। ਫਿਰ ਮਹਾਰਾਜ ਸੋਹੀ ਵਾਲ ਉਤਰੇ ਜੀ, ਉੱਥੇ ਜਲ ਵਰਤਿਆ। ਫਿਰ ਮਹਾਰਾਜ ਅੱਗੇ ਢਿੱਲਵੀਂ ਪਿੰਡ ਪਹੁੰਚੇ ਜੀ, ਉੱਥੇ ਮਹਾਰਾਜ ਉਤਰੇ। ਢਿੱਲਵੀਂ ਪਿੰਡ ਵਾਲਿਆਂ ਨੇ ਬੜਾ ਸਤਿਕਾਰ ਕੀਤਾ, ਪਰ ਬੰਦੇ ਬੜੇ ਗਰੀਬ ਸੀਗੇ ਸਾਰੇ ਜੀ। ਉਹਨਾਂ ਘਰ ਦੁੱਧ ਨਹੀਂ ਸੀ ਹੁੰਦਾ, ਬਹੁਤ ਦੁਖੀ ਸਨ। ਸੱਚੇ ਪਾਤਸ਼ਾਹ ਨੇ ਫਿਰ 101 ਗਾਵਾਂ ਜਿਹੜੀਆਂ ਉਹਨਾਂ ਨੂੰ ਮੁੱਲ ਲੈ ਕੇ ਦਿੱਤੀਆਂ, ਅਤੇ ਗਾਂ ਵੀ ਕਿਹੜੀ ਲੈ ਕੇ ਦਿੱਤੀ, ਕਪਲਾ ਗਾਂ ਲੈ ਕੇ ਦਿੱਤੀ।
जिस गां की बड़ी सिफत है, जिस गां नूं बहुत हिंदू धर्म वाले पवित्र मानते हैं, कपला गां। ओ भगत नामदेव जी का जिहड़ा शब्द है, दोहे कपला आनी, वो कपला गां का दुध जिहड़ा सी ना, वह चो के ते ठाकुर नूं भोग लवाउंदे हुंदे सी। सो कपला गां महाराज सच्चे पातशाह ने 101 गावां लै के दित्तियां। फिर महाराज उत्थों सच्चे पातशाह अगे पहुँचे, पंधेरी पिंड विच गुरु तेग बहादुर साहब जी पहुँचे। हुण महाराज दे नाल काफला बड़ा वड्डा जी, माता गुजरी जी, माता नानकी जी, मामा कृपाल चंद जी, गुरु साहब जी दे बेअंत सिख महाराज दे नाल ने, 500 बैरागी साधुआं दी जमात भी सच्चे पातशाह जी दे नाल है। वह बैरागी साधु नाल नाल महाराज दे दर्शन करदे सीगे, ते ज्यों ज्यों वह दर्शन करदे हुंदे सी, सात संगत जी उन्हां दा मन नाम जपण नूं करदा हुंदा सी। इस करके बैरागी साधु सच्चे पातशाह जी दा संग नहीं सी छड्डदे, महाराज जी दे नाल ही रहिंदे हुंदे सी। इस तरह घट्टो घट नहीं तो 700-800 शरीर है जिहड़ा सात संगत जी जा रहा है। महाराज सच्चे पातशाह जी दे नाल नाल सारे तुरे जांदे आ। अगों हुण महाराज जदों पंधेरी पिंड विच पहुँचे, अपना घोड़ा रोकिया, घोड़े ते उतरे नहीं महाराज। एक सिख नूं महाराज ने कहा भी जाओ, इस पिंड वालियां नूं कह के आओ भी असीं उतारा करना किते। सिख गया, उन्हें पिंड वालियां नूं दस्या, भाई तुहाडे भाग चंगे ने, गुरु साहब सच्चे पातशाह तुहाडे पिंड दे बाहर खलोते ने, नाल महाराज दे बहुत संगतां ने, दसो महाराज किथे उतारा करन। ओ पिंड वाले महामूर्ख महामूर्ख, पंधेरी पिंड वाले, कईआं नूं बिल्कुल अकल नहीं हुंदी, सोझी नहीं हुंदी। उहनां महामूर्खां ने अगों ये कह दिता भी साडे पिंड विच कोई भी आवे, असी तां उहनां नूं कलालां दे घर उतरवाउने आ। कलाल कल भी बेनती कीती सी, जिहड़े शराब कढ़दे आ उहनां दे घर ही थां है। सिख समझ गया भी ये लोग महामूर्ख ही ने। महाराज नूं आ के दस्या, सच्चे पातशाह महाराज ये लोग आप जी की महिमा नहीं जाणदे, महाराज पुठियां गल्लां करदे आ, सच्चे पातशाह इन्हां पिंड दे लोकां दे भाग बड़े माड़े आ, चेता रखियो। सात संगत जी भाग माड़े होण ना, घर विच रब आया होवे बंदा तां वी लाभ नहीं लै सकदा। गज के आखो वाहिगुरू। जे भाग माड़े है, घर विच रब आया होवे बंदा तां वी लाभ नहीं लै सकदा, ते भाग चंगे होण ना ते बंदा 100-100 किलोमीटर तुर के जा के भी सात संगत जी लाभ लै लैंदा। बाबा महा हरनाम सिंह जी का जिक्र आउंदा। एक प्रेमी सी, वह राम जी नूं मन्नदा सी। जदों उन्हें बाबा महा हरनाम सिंह जी दे दर्शन किते, वह सात संगत जी बाबा महा हरनाम सिंह जी का सेवक बन गए। हुण उहदा जिथे वह रहिंदा सी उत्थों बाबे महा हरनाम सिंह जी का अस्थान दूर सीगा, हर रोज़ तुर के जांदा हुंदा सी दर्शन करन वास्ते, रोज़ तुर के जाना दर्शन करने, ते 150 जपजी साहब का पाठ रोज़ करदा हुंदा सी। 150 जपजी साहब का पाठ उन्हें रोज़ करना, ते नाम क्योंकि राम जी नूं मानदा सी, इस करके राम श्री राम ही उहदा नाम पै गया सीगा। वेखो जिहदे भागां विच दात लैणी लिखी है, परमेश्वर ने जिहदे ते कृपा करनी है, वह तो कई कई 100 किलोमीटर दूर होण ना, ते रोज़ तुर के भी चले जाते, रोज़ तुर के अंदर प्यार होवे, तुर तुर के जा जा के दातां लै लैंदे आ, झोलियां भरा लैंदे आ। ते जिन्हां दे भागां च दात लैणी नहीं लिखी हुंदी, रब उन्हां दे घर भी आ जावे, साध संगत जी वह लाभ नहीं लै सकते। महाराज कृपा करन,
ਸਾਡੇ ਭਾਗਾਂ ਵਿੱਚ ਦਾਤਾਂ ਲਿਖ ਦੇਣ ਜੀ, ਬਖਸ਼ਿਸ਼ਾਂ ਲਿਖ ਦੇਣ। ਅੱਗੋਂ ਹੁਣ ਸੁਣੋ, ਮਹਾਰਾਜ ਪੰਧੇਰੀ ਪਿੰਡ ਤੋਂ ਤੁਰ ਪਏ। ਅਲੀ ਸ਼ੇਰ ਪਿੰਡ ਦੇ ਲਾਗੇ ਜਾ ਕੇ ਮਹਾਰਾਜ ਨੇ ਡੇਰਾ ਕੀਤਾ। ਹੁਣ ਅੱਗੋਂ ਆਪਾਂ ਕਥਾ ਸੁਣੀਏ, ਪਿਆਰ ਨਾਲ ਸਾਰੇ ਕਹੋ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਿੱਛੇ ਸਭਨ ਪੰਧੇਹਰਨ, ਮਹਿਮਾ ਸੁਣੀ ਵਿਸਾਲ। ਉਹ ਪੰਧੇਰ ਪਿੰਡ ਦੇ ਬੰਦਿਆਂ ਨੇ ਪਿੱਛੋਂ ਮਹਾਰਾਜ ਦੀ ਮਹਿਮਾ ਸੁਣੀ ਜੀ। ਫਿਰ ਮਹਾਰਾਜ ਅੱਗੇ ਜਦੋਂ ਚਲੇ ਗਏ, ਉਹਨਾਂ ਮਹਾਰਾਜ ਦੀ ਬੜੀ ਮਹਿਮਾ ਸੁਣੀ, ਬੜੀ ਸੋਭਾ ਸੁਣੀ। ਹਾਂਜੀ। ਹੋਤੇ ਪੁਰਖ ਪੂਰਨ ਗੁਰੂ, ਸਭ ਪਰ ਹੋਤ ਕਿਰਪਾਲ। ਉਹਨਾਂ ਨੇ ਫਿਰ ਮਹਿਮਾ ਕੀ ਸੁਣੀ ਵੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਪੂਰਨ ਪੁਰਖ ਨੇ, ਅਤੇ ਅਸੀਂ ਆਪਣੇ ਪਿੰਡ 'ਚ ਥਾਂ ਹੀ ਨਹੀਂ ਦਿੱਤੀ ਮਹਾਰਾਜ ਨੂੰ, ਅਤੇ ਮਹਾਰਾਜ ਸਾਰਿਆਂ ਉੱਤੇ ਹੀ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ, ਅਸੀਂ ਸਤਿਕਾਰ ਹੀ ਨਹੀਂ ਕੀਤਾ ਮਹਾਰਾਜ ਦਾ। ਹਾਂਜੀ। ਚੌਪਈ ਮਿਲੇ ਨਾ ਹਮ ਉੱਠ ਘਰ ਮਹਿ ਆਏ, ਵੀ ਸਾਡੇ ਪਿੰਡ ਦੇ ਬਾਹਰ ਮਹਾਰਾਜ ਆ ਕੇ ਖਲੋਤੇ, ਅਸੀਂ ਉੱਠ ਕੇ ਮਿਲਣ ਹੀ ਨਹੀਂ ਗਏ, ਨਾ ਮਹਾਰਾਜ ਨੂੰ ਆਪਣੇ ਘਰ ਵਿੱਚ ਲਿਆਂਦਾ, ਉਲਟਾ ਪੁੱਠੀ ਗੱਲ ਕਹੀ। ਨਹਿ ਕੁਛ ਸੇਵ ਕਰੀ ਮਨ ਲਾਏ, ਕੋਈ ਸੇਵਾ ਵੀ ਨਹੀਂ ਕੀਤੀ, ਮਨ ਲਾ ਕੇ ਸੇਵਾ ਕਰਦੇ ਸਾਡੇ ਵੀ ਭਾਗ ਜਾਗਦੇ। ਪਸ਼ਚਾਤਾਪ ਕਰਤ ਮਿਲ ਬੈਸੇ, ਉਹ ਮਿਲ ਕੇ ਨਾ ਪਿੰਡ ਦੇ ਲੋਕ ਤੇ ਪਸ਼ਚਾਤਾਪ ਕਰ ਰਹੇ ਸੀਗੇ, ਵਿਚਾਰ ਕਰ ਰਹੇ ਸਨ। ਤਿੰਨ ਮਹਿ ਲੱਗਿਓ ਕਹਿਣ ਇੱਕ ਐਸੇ, ਉਹਨਾਂ ਪਿੰਡ ਦੇ ਬੰਦਿਆਂ ਵਿੱਚ ਇੱਕ ਬੰਦਾ ਵਿੱਚੋਂ ਹੀ ਬੋਲਿਆ ਜੀ। ਹਾਂਜੀ। ਆਬ ਭੀ ਨਿਕਟ ਆਹੈ ਤਿੰਨ ਡੇਰਾ, ਕਹਿੰਦਾ ਫਿਰ ਕੀ ਹੋਇਆ, ਅਜੇ ਵੀ ਸਮਾਂ ਹੈਗਾ, ਗੁਰੂ ਸਾਹਿਬ ਦਾ ਡੇਰਾ ਆਪਣੇ ਪਿੰਡ ਦੇ ਬਿਲਕੁਲ ਲਾਗੇ ਹੈ। ਚਲੋ ਲੇਹੋ ਦਰਸ਼ਨ ਇੱਕ ਬੇਰਾ, ਚਲੋ ਇੱਕ ਵਾਰੀ ਦਰਸ਼ਨ ਹੀ ਕਰ ਆਈਏ। ਹੁਣ ਉਦੋਂ ਤੇ ਸਮਾਂ ਖੁੰਝ ਗਿਆ, ਹੁਣ ਨਾ ਸਮਾਂ ਖੁੰਝਾਈਏ। ਕਹਿ ਪਰਸਪਰ ਸਭ ਹੀ ਚੱਲੀਏ, ਸਾਰੇ ਪਿੰਡ ਵਾਲਿਆਂ ਵਿਚਾਰ ਕੀਤੀ ਵੀ ਸਾਰੇ ਹੀ ਚੱਲੀਏ, ਸਾਰਾ ਪਿੰਡ ਹੀ ਚੱਲੀਏ ਮਹਾਰਾਜ ਦੇ ਚਰਨਾਂ ਵਿੱਚ। ਕੌਣ ਭੇਟ ਆਗੈ ਧਰ ਮਿਲੀਏ, ਸੋਚਦੇ ਆ ਵੀ ਚੜ੍ਹਾਈਏ ਕੀ ਮਹਾਰਾਜ ਨੂੰ, ਭੇਟਾ ਕੀ ਕਰੀਏ ਗੁਰੂ ਸਾਹਿਬ ਨੂੰ। ਹਾਂਜੀ। ਕਿਆ ਲੈ ਕਰ ਦਰਸ਼ਨ ਕੋ ਦੇਹੇ, ਵੀ ਕਿਉਂਕਿ ਆਮ ਹੀ ਸੀਗਾ ਵੀ ਜੇ ਦਰਸ਼ਨ ਕਰਨੇ ਆ ਤਾਂ ਇੰਨੀ ਮਾਇਆ ਚੜ੍ਹਾਓ। ਹੁਣ ਵੀ ਕਈ ਮੰਦਰਾਂ ਵਿੱਚ ਇਹ ਸਿਸਟਮ ਹੈਗਾ ਜੀ। ਉਹ ਕਹਿੰਦੇ ਵੀ ਭੇਟਾ ਕੀ ਕਰੀਏ ਜਿਹਦੇ ਨਾਲ ਮਹਾਰਾਜ ਦਰਸ਼ਨ ਦੇ ਦੇਣ। ਕਿਮ ਪ੍ਰਸੰਨ ਹੋਏ ਬਚਨ ਕਰੇ, ਉਹ ਖੁਸ਼ ਕਿਵੇਂ ਹੋਣ, ਅਸੀਂ ਖੁਸ਼ ਕਰੀਏ, ਉਹ ਖੁਸ਼ੀ ਵਾਲਾ ਬਚਨ ਕਰਨ ਸਾਡੇ ਤੇ। ਇੱਕ ਨਰ ਕਹਿਣ ਲੱਗੇ ਉਹ ਤਿੰਨ ਮਾਹੇ, ਉਹਨਾਂ ਪਿੰਡ ਦੇ ਬੰਦਿਆਂ ਵਿੱਚੋਂ ਹੀ ਇੱਕ ਬੰਦਾ ਫਿਰ ਬੋਲਿਆ, ਮੈਂ ਜਿਮ ਸੁਣੀ ਕਹੋ ਤੁਮ ਪਾਹੇ, ਕਹਿੰਦਾ ਵੀ ਜੋ ਮੈਂ ਸੁਣਿਆ ਉਹ ਮੈਂ ਤੁਹਾਨੂੰ ਦੱਸ ਦਿੰਦਾ, ਅੱਗੋਂ ਤੁਹਾਡੀ ਮਰਜ਼ੀ ਹੈ। ਟੱਕਣ ਰੋਕਣ ਕੀ ਇੱਕ ਥੈਲੀ, ਅਪਰ ਪ੍ਰਸਾਦ ਲੇਤ ਹੈ ਭੇਲੀ, ਵੀ ਦੋ ਚੀਜ਼ਾਂ ਲੈ ਕੇ ਚੱਲ ਗਏ, ਇੱਕ ਤਾਂ ਗੁੜ ਲੈ ਚੱਲੀਏ ਮਹਾਰਾਜ ਵਾਸਤੇ ਪ੍ਰਸ਼ਾਦ ਵਜੋਂ ਗੁੜ ਚੜ੍ਹਾਈਏ, ਅਤੇ ਦੂਜਾ ਟਕਿਆਂ ਦੀ ਇੱਕ ਥੈਲੀ ਲੈ ਲਈਏ। ਹਾਂਜੀ। ਖੁਸ਼ੀ ਹੋਤ ਪੁਨ ਦਰਸ਼ਨ ਦੇਤ, ਸੁਣਿਆ ਆ ਵੀ ਮਹਾਰਾਜ ਖੁਸ਼ ਹੋ ਕੇ ਦਰਸ਼ਨ ਦੇ ਦਿੰਦੇ ਆ ਫਿਰ। ਹਾਂਜੀ। ਇਮ ਮਿਲ ਇਮ ਕਰ ਮਿਲ ਨਰ ਬਰ ਬਰ ਲੇਤ, ਏਦਾਂ ਜੇ ਕੁਝ ਲੈ ਕੇ ਜਾਈਏ ਅਤੇ ਮਹਾਰਾਜ ਅੱਗੋਂ ਵਰ ਵੀ ਦੇ ਦਿੰਦੇ ਆ, ਕੋਈ ਸਾਨੂੰ ਬਚਨ ਹੀ ਕਰ ਦੇਣਗੇ ਸਾਡੇ ਭਲੇ ਵਾਲਾ। ਭੇਲੀ ਸਭ ਮਹਿ ਦੇ ਬਰਤਾਏ, ਬਾਕੀ ਕਹਿੰਦਾ ਵੀ ਉਹ ਭੇਲੀ ਰੱਖਦੇ ਨਹੀਂ ਕੋਲ, ਗੁੜ ਦੀ ਭੇਲੀ ਜਿਹੜੀ ਭੇਟਾ ਕਰਨੀ ਹੈ ਉਹਨਾਂ ਉੱਥੇ ਹੀ ਸਾਰਿਆਂ ਵਿੱਚ ਵੰਡ ਦੇਣੀ ਹੈ।
ਕੋਲ ਨਹੀਂ ਰੱਖਣੀ। ਦਰਸਹ ਲੋਕ ਹੋਏ ਸਮੁਦਾਇ, ਉੱਥੇ ਬੜੇ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਆ ਅਤੇ ਉੱਥੇ ਹੀ ਵੰਡ ਦਿੰਦੇ ਆ ਉਹ। ਹਾਂਜੀ। ਨਗਰ ਹੰਡਿਆਏ ਜਵਰ ਨਰ ਗਨ ਕੋ, ਦਿਓ ਉਤਾਰ ਉਚਾਰ ਬਚਨ ਕੋ। ਉਹ ਬੰਦਾ ਕਹਿੰਦਾ ਜ਼ਰੂਰ ਜਾਣਾ ਚਾਹੀਦਾ ਗੁਰੂ ਸਾਹਿਬ ਕੋਲ, ਕਹਿੰਦਾ ਤੁਸੀਂ ਸੁਣਿਆ ਨਹੀਂ ਹੰਡਿਆਏ ਪਿੰਡ ਵਾਲਿਆਂ ਦਾ ਬੁਖਾਰ ਮਾਰਾ ਨੇ ਬਚਨ ਕਰਕੇ ਹੀ ਲਾ ਦਿੱਤਾ। ਕਿੰਨੀ ਵੱਡੀ ਸ਼ਕਤੀ ਹੈ, ਕਿੰਨੀ ਵੱਡੀ ਕਰਾਮਾਤ ਹੈ ਉਹਨਾਂ ਦੇ ਵਿੱਚ। ਹਾਂਜੀ। ਨਰ ਤੇ ਸੁਣ ਪੰਦੇ ਹਰ ਸਾਰੇ, ਉਸ ਵਿਅਕਤੀ ਤੋਂ ਸੁਣ ਕੇ ਨਾ ਜੀ ਤੇ ਸਾਰੇ ਪਿੰਡ ਦੇ ਲੋਕਾਂ ਨੇ ਲੈ ਥੈਲੀ ਅਰਭੇਲੀ ਤਿਆਰੇ, ਟਕੇ ਇਕੱਠੇ ਕੀਤੇ ਟਕੇ ਜੀ ਤੇ ਇੱਕ ਥੈਲੀ ਵਿੱਚ ਪਾ ਲਏ ਜੀ ਤੇ ਨਾਲ ਗੁੜ ਦੀ ਭੇਲੀ ਲੈ ਲਈ ਜੀ। ਹਾਂਜੀ। ਮਾਰਗ ਪਰੇ ਦਰਸ ਬੇਹੇਤ, ਸਾਰਾ ਪਿੰਡ ਹੀ ਤੁਰ ਪਿਆ ਪੰਧੇਰਨ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈਏ। ਜਿਨ ਕੇ ਸੁਧ ਪਰਲੋਕ ਅਚੇਤ, ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਵੀ ਬਹੁਤੀ ਸੋਝੀ ਨਹੀਂ ਹੈਗੀ ਉਹਨਾਂ ਨੂੰ, ਸਮਝ ਨਹੀਂ ਹੈਗੀ, ਮਰਿਆਦਾ ਦਾ ਨਹੀਂ ਪਤਾ, ਪਰਲੋਕ ਦੀ ਕੋਈ ਸੋਧੀ ਨਹੀਂ ਹੈਗੀ ਉਹਨਾਂ ਨੂੰ। ਹੁਣ ਬੜੇ ਧਿਆਨ ਨਾਲ ਸੁਣਿਓ, ਬੰਦਾ ਕਿਵੇਂ ਖਾਲੀ ਰਹਿ ਜਾਂਦਾ ਜੀ, ਖਾਲੀ ਕਿਵੇਂ ਰਹਿ ਜਾਂਦਾ ਜੀ। ਆਪਾਂ ਬੜੀ ਵਾਰੀ ਸਾਖੀ ਸੁਣੀ, ਮਹਾਰਾਜ ਨੇ ਇਹਨੂੰ ਭਰਤਾ, ਮਹਾਰਾਜ ਨੇ ਇਹਦੇ 'ਤੇ ਬਖਸ਼ਿਸ਼ ਕਰਤੀ, ਖਾਲੀ ਕਿਵੇਂ ਰਹਿ ਜਾਂਦਾ ਬੰਦਾ। ਹਾਂਜੀ। ਅਰਧ ਪੰਥ ਜਬ ਪਹੁੰਚੇ ਜਾਏ, ਪੰਧੇਰ ਤੋਂ ਅਲੀ ਸ਼ੇਰ ਪਹੁੰਚਦਿਆਂ ਜਦੋਂ ਅੱਧੇ ਰਾਹ ਵਿੱਚ ਆਏ ਨਾ ਜੀ ਉਹ ਸਾਰੇ ਪਿੰਡ ਦੇ ਲੋਕ, ਮਿਲਿਓ ਸਮੁੱਖ ਮਾਨਵ ਇੱਕ ਆਏ, ਤੇ ਸਾਹਮਣੇ ਉਹ ਇੱਕ ਪੁਰਸ਼ ਆ ਰਿਹਾ ਸੀ। ਹਾਂਜੀ। ਬੁੱਝਣ ਲੱਗੇ ਕਹਾਂ ਤੇ ਆਇਓ, ਇਹ ਪਿੰਡ ਦੇ ਬੰਦੇ ਪੁੱਛਣ ਲੱਗੇ ਵੀ ਭਾਈ ਤੂੰ ਕਿੱਧਰੋਂ ਆਇਆ। ਹਾਂਜੀ। ਗੁਰੂ ਸਿਵਰ ਕਿਸ ਥਲ ਮੈਂ ਛਾਇਓ, ਤੇ ਤੂੰ ਮਹਾਰਾਜ ਦਾ ਪੜਾਅ ਵੇਖਿਆ ਵੀ ਗੁਰੂ ਜੀ ਨੇ ਪੜਾਅ ਕਿੱਥੇ ਲਾਇਆ, ਕਿੱਥੇ ਕੋ ਟਿਕਾਣਾ ਕੀਤਾ। ਜੇ ਕਰ ਤਿੰਨ ਕੋ ਦਰਸ਼ਨ ਲੀਨ, ਹਮਹੋ ਬਤਾਵੋ ਕਿਸ ਬਿਦਕੀਨ, ਸਾਨੂੰ ਦੱਸੋ ਵੀ ਜੇ ਤੂੰ ਦਰਸ਼ਨ ਕੀਤੇ ਆ ਤਾਂ ਕਿਹੜੀ ਵਿਧੀ ਨਾਲ ਦਰਸ਼ਨ ਕਰੀਏ। ਕਈ ਨਾ ਵਿਧੀਆਂ ਹੀ ਪੁੱਛਦੇ ਰਹਿ ਜਾਂਦੇ, ਬਸ ਵਿਧੀ ਪੁੱਛਦੇ, ਹੋ ਕਰਦੇ ਕੁਝ ਨਹੀਂ ਜੀ, ਉਹ ਬਸ ਵਿਧੀ ਪੁੱਛਦੇ ਰਹਿੰਦੇ ਜੀ। ਹਾਂਜੀ। ਕੌਣ ਉਪਾਇਨ ਅਰਪੀ ਜਾਏ, ਕੀ ਭੇਟਾ ਕਰੀਏ ਮਹਾਰਾਜ ਨੂੰ। ਹਾਂਜੀ। ਕਿਮ ਸ਼੍ਰੀ ਮੁਖ ਕਹਿ ਨਿਕਟ ਬਿਠਾਏ, ਤੇ ਮਹਾਰਾਜ ਮਿੱਠੇ ਬੋਲ ਬੋਲਣ ਤੇ ਸਾਨੂੰ ਆਪਣੇ ਨੇੜੇ ਬਿਠਾਉਣ। ਸੁਣ ਕੇ ਤਿਸਨੇ ਸਕਲ ਬਤਾਈ, ਹਾਂਜੀ, ਗੁਰ ਦਰਸ਼ਨ ਕੀਨਸ ਢਿੱਗ ਜਾਈ। ਉਹ ਬੰਦਾ ਪਤਾ ਕੀ ਕਹਿੰਦਾ ਜੀ, ਉਹ ਕਹਿੰਦਾ ਲਓ ਮੈਂ ਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਆ ਰਿਹਾ, ਮੈਂ ਤੇ ਦਰਸ਼ਨ ਕਰਕੇ ਆ ਰਿਹਾ ਉੱਥੋਂ, ਮੈਂ ਤਾਂ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਹੀ ਆ ਰਿਹਾ ਹਾਂ। ਹਾਂਜੀ। ਮੈਂ ਨਾ ਪਾਸ ਤੇ ਪੈਸਾ ਦੀਨਸ, ਨਹਿ ਤਿੰਨ ਜਾਚ ਕਛੂ ਅਬਲੀਨਸ। ਆਖੋ ਵਾਹਿਗੁਰੂ ਵਾਹਿਗੁਰੂ। ਵੇਖੋ ਹਰ ਇੱਕ ਦਾ ਆਪੋ ਆਪਣਾ ਵੱਖਰਾ ਤਜਰਬਾ ਹੁੰਦਾ ਜੀ। ਉਹਨੇ ਇਹ ਕਹਿ ਦਿੱਤਾ ਵੀ ਮੈਂ ਤੇ ਕੁਝ ਵੀ ਨਹੀਂ ਚੜਾਇਆ ਮਹਾਰਾਜ ਨੂੰ, ਮੈਂ ਤੇ ਕੁਝ ਵੀ ਭੇਟਾ ਨਹੀਂ ਕੀਤਾ, ਤੇ ਗੁਰੂ ਸਾਹਿਬ ਨੇ ਵੀ ਮੂੰਹੋਂ ਮੰਗਿਆ ਨਹੀਂ ਕੁਛ ਵੀ ਸਾਨੂੰ ਦੇ। ਮਹਾਰਾਜ ਤਾਂ ਵੈਸੇ ਹੀ ਨਹੀਂ ਮੰਗਦੇ, ਗੁਰੂ ਸਾਹਿਬ ਮਾਇਆ ਦੀ ਤਾਂ ਭੁੱਖ ਰੱਖਦੇ ਹੀ ਨਹੀਂ ਹੈ, ਉਹ ਤਾਂ ਮਾਇਆ ਵੰਡਣ ਵਾਲੇ ਆ। ਹਾਂਜੀ। ਬੈਠੇ ਜੋ ਪ੍ਰਸਾਦ ਕੁਛ ਆਵਾ, ਕਹਿੰਦੇ ਹਾਂ ਬੈਠਿਆਂ ਬੈਠਿਆਂ ਜੇ ਕੋਈ ਪ੍ਰਸਾਦ ਆ ਜਾਂਦਾ ਨਾ ਮਹਾਰਾਜ ਦੇ ਕੋਲ, ਬਰਤਤ ਦਿਓ ਤਹਾਂ ਮੈਂ ਖਾਵਾ, ਤੇ ਉਹ ਵੀ ਉਹ ਕੋਲ ਨਹੀਂ ਰੱਖਦੇ, ਉਹ ਅੱਗੇ ਵਰਤਾ ਦਿੰਦੇ ਆ ਸਾਰਿਆਂ ਦੇ ਵਿੱਚ। ਇਹ ਵੀ ਵੱਡੇ ਵੱਡੇ ਮਹਾਂਪੁਰਖ ਰੱਬ ਦੇ ਪਿਆਰੇ ਦਾਸ ਨੇ ਜਿਨ੍ਹਾਂ ਦੇ ਜੀਵਨ ਪੜ੍ਹੇ ਆ ਸੁਣੇ ਵੀ ਆ, ਉਹ ਇਹ ਦੱਸਦੇ ਆ ਕਿ ਵਾਕਈ ਜਿਹੜਾ ਮਹਾਂਪੁਰਖ ਹੁੰਦਾ ਨਾ ਉਹ ਫਿਰ ਚੀਜ਼ ਵੱਖ ਕਮਰੇ 'ਚ ਨਹੀਂ ਰਖਾਉਂਦਾ, ਉਹ ਸਾਰਿਆਂ ਦੇ ਵਿੱਚ ਵਰਤਾ ਦਿੰਦਾ ਜੀ।
ਆਪਣੇ ਲਾਗੇ ਹੀ ਇੱਥੇ ਟੰਡਨ ਨਗਰ ਪੈਰਿਸ ਟਾਊਨ ਵਿਜੇ ਨਗਰ ਦੇ ਵਿੱਚ ਫਰੂਟ ਵਾਲਿਆਂ ਦਾ ਘਰ ਹੈ ਮੋਹਨ ਸਿੰਘ ਸਰਦਾਰ ਦਾ। ਉਹਨਾਂ ਦਾ ਪੁੱਤਰ ਵੀ ਇੱਥੇ ਆਉਂਦਾ ਹੁੰਦਾ ਕਿਰਪਾਲ ਸਿੰਘ। ਉਹ ਦੋ ਤਿੰਨ ਮਹਾਤਮਾਵਾਂ ਦੇ ਕੋਲ ਗਏ ਜੀ, ਦੋ ਤਿੰਨ ਮਹਾਤਮਾਵਾਂ ਦੇ ਕੋਲ ਫਲਾਂ ਦਾ ਕਾਰੋਬਾਰ ਅਤੇ ਫਲਾਂ ਦੀਆਂ ਟੋਕਰੀਆਂ ਲੈ ਕੇ ਗਏ ਜੀ। ਅਤੇ ਪਹਿਲੇ ਦੋਵਾਂ ਦੇ ਕੋਲ ਜਦੋਂ ਗਏ ਨਾ ਜੀ, ਉਹਨਾਂ ਨੇ ਉਹ ਜਿਹੜੇ ਫਲ ਹੈ ਉਹ ਫਲਾਂ ਦੀ ਟੋਕਰੀ ਸੇਵਾਦਾਰਾਂ ਨੂੰ ਕਹਿ ਕੇ ਅੰਦਰ ਰਖਾ ਲਈ ਵੀ ਅੰਦਰ ਰੱਖ ਦਿਉ। ਅਤੇ ਸੰਤ ਜਰਨੈਲ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਨਾਨਕ ਨਿਵਾਸ ਦੇ ਉੱਪਰ ਗਏ ਜੀ। ਅਤੇ ਸੰਤ ਜਰਨੈਲ ਸਿੰਘ ਜੀ ਨੂੰ ਵੀ ਟੋਕਰੀ ਭੇਟਾ ਕੀਤੀ ਫਲਾਂ ਦੀ। ਅਤੇ ਮਹਾਂਪੁਰਖਾਂ ਨੇ ਉਹ ਟੋਕਰੀ ਉਸੇ ਵੇਲੇ ਹੀ ਵਰਤਾਉਣੀ ਸ਼ੁਰੂ ਕਰ ਦਿੱਤੀ ਫਲਾਂ ਦੀ, ਜਿਹੜਾ ਆਵੇ ਉਹਨੂੰ ਵੰਡੀ ਜਾਣ, ਜਿਹੜਾ ਆਵੇ ਉਹਨੂੰ ਦੇਈ ਜਾਣ। ਉਹ ਕਹਿੰਦੇ ਵੀ ਸਾਡੇ ਵਹਿੰਦਿਆਂ ਵਹਿੰਦਿਆਂ ਸਾਰੇ ਫਲ ਵਰਤਾ ਦਿੱਤੇ, ਇੱਕ ਵੀ ਆਪਣੇ ਲਈ ਨਹੀਂ ਰੱਖੇ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਇੱਥੋਂ ਫਿਰ ਅਸੀਂ ਸਮਝੇ ਵੀ ਜਿਹੜੇ ਪਹਿਲੇ ਸੀ ਨਾ ਉਹਨਾਂ 'ਚ ਮੋਹ ਹੈਗਾ, ਪਕੜ ਹੈਗਾ, ਚੀਜ਼ਾਂ ਨਾਲ ਪਿਆਰ ਹੈ, ਇਹਨਾਂ ਨੂੰ ਕਿਸੇ ਚੀਜ਼ ਨਾਲ ਪਿਆਰ ਨਹੀਂ ਹੈਗਾ। ਇਹ ਪਛਾਣ ਹੈ, ਇਹ ਨਹੀਂ ਵੀ ਆਪਣੀ ਰਸੋਈ ਭਰੀ ਜਾਣੀ ਵੀ ਆਹ ਵੀ ਮੈਂ ਸਾਂਭ ਲਵਾਂ ਖਾਣ ਲਈ, ਮੈਂ ਆਹ ਵੀ ਸਾਂਭ ਲਵਾਂ, ਨਹੀਂ। ਸਾਰਿਆਂ ਵਿੱਚ ਵੰਡ ਦੇਣਾ, ਵੰਡ ਕੇ ਛਕਣਾ। ਉਹਨੇ ਦੱਸਿਆ ਕਹਿੰਦਾ ਵੀ ਜਿਹੜਾ ਪ੍ਰਸ਼ਾਦ ਆਵੇ ਉਹ ਮਹਾਰਾਜ ਵੰਡ ਦਿੰਦੇ ਸਾਰਿਆਂ 'ਚ। ਹਾਂਜੀ, ਬਿਨਾਂ ਦੀਏ ਦਰਸ਼ਨ ਬਹੁ ਕਰੇ। ਬਹੁਤ ਸਾਰੇ ਲੋਕ ਇਹੋ ਜਿਹੜੇ ਮਾਇਆ ਨਹੀਂ ਚੜਾਉਂਦੇ ਅਤੇ ਦਰਸ਼ਨ ਕਰ ਰਹੇ ਹੈ। ਆਵੇ ਹੈ ਜਾਏ ਨਿਕਟ ਬਹੁ ਥਿਰੇ, ਆ ਰਹੇ ਨੇ ਜਾ ਰਹੇ ਹੈ, ਉੱਥੇ ਤੇ ਮੇਲਾ ਲੱਗਾ ਪਿਆ। ਹਾਂਜੀ, ਸੁੰਦਰ ਹੈ ਸੁਭਾਉ ਜਿਨਕੇਰਾ। ਕਹਿੰਦਾ ਮੈਂ ਵੇਖ ਕੇ ਆਇਆ ਗੁਰੂ ਜੀ ਦਾ ਸੁਭਾਅ ਬੜਾ ਵਧੀਆ। ਆਖੋ ਵਾਹਿਗੁਰੂ ਵਾਹਿਗੁਰੂ, ਸੁਭਾਅ ਬਹੁਤ ਵਧੀਆ। ਅਲੀ ਸ਼ੇਰ ਢਿੱਗ ਕੀ ਨਸਡੇਰਾ। ਤੇ ਅਲੀ ਸ਼ੇਰ ਪਿੰਡ ਦੇ ਲਾਗੇ ਹੀ ਉਹਨਾਂ ਨੇ ਡੇਰਾ ਕੀਤਾ, ਪੜਾ ਕੀਤਾ। ਲੈਣ ਦੇਣ ਕੀ ਬਾਤ ਨਾ ਕੋਈ, ਲੈਣ ਦੇਣ ਦੀ ਨਹੀਂ ਕੋਈ ਗੱਲ ਕਰਦੇ ਹੋ ਵੀ ਭਾਈ ਮਾਇਆ ਲੈ ਕੇ ਆਓ, ਨਹੀਂ ਕਹਿੰਦੇ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਬੈਠੇ ਦਰਸ਼ਨ ਦੇਵ ਹੈ ਸੋਈ, ਬੈਠੇ ਨੇ ਸਭ ਨੂੰ ਖੁੱਲੇ ਦਰਸ਼ਨ ਦੇ ਰਹੇ ਨੇ। ਹਾਂਜੀ, ਸੁਨਤ ਪੰਧੇਹਰ ਹਰਖ ਬਧਾਏ। ਹੁਣ ਗੱਲ ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਪੰਧੇਹਰ ਪਿੰਡ ਦੇ ਜਿਹੜੇ ਲੋਕ ਨੇ ਉਹ ਮਹਾਂਕੰਜੂਸ ਆਦਮੀ, ਮਹਾਂਕੰਜੂਸ ਜੀ, ਜਾ ਰਹੇ ਹੈ ਪਰ ਭਾਗ ਨਹੀਂ ਹੈਗੇ ਜੀ। ਉਹ ਬੜੇ ਖੁਸ਼ ਹੋਏ ਜੀ ਇਹ ਗੱਲ ਸੁਣ ਕੇ। ਹਾਂਜੀ, ਬੈਸ ਗਏ ਤਿਹ ਠਾਂ ਸਮੁਦਾਏ। ਉਹ ਸਾਰੇ ਹੀ ਬਹਿ ਗਏ ਜੀ ਉੱਥੇ ਜੀ। ਤੁਸੀਂ ਇਹ ਹਿਸਾਬ ਲਾਓ ਵੀ ਉਸ ਪਿੰਡ ਦੇ ਬੰਦੇ ਕਿੰਨੇ ਮੂਰਖ ਹੋਣਗੇ, ਗੁਰੂ ਸਾਹਿਬ ਗਏ ਹੈ ਅਤੇ ਕਹਿੰਦੇ ਕਲਾਲਾਂ ਦੇ ਘਰ ਰਹਿ ਪਓ, ਇੱਥੋਂ ਹੀ ਮੂਰਖਤਾਈ ਦਾ ਪਤਾ ਲੱਗ ਜਾਂਦਾ। ਉੱਥੇ ਹੀ ਬਹਿ ਗਏ ਸਾਰੇ ਜੀ। ਹਾਂਜੀ, ਗੁਰ ਰੋਰੀ ਤਹਿ ਫੋਰਨ ਕਰੀ, ਆਪਸ ਮਹਿ ਵਰਤੀ ਸਮਸਰੀ। ਕਹਿੰਦੇ ਫਿਰ ਠੀਕ ਹੈ, ਗੁਰੂ ਸਾਹਿਬ ਨੇ ਵੀ ਜਾ ਕੇ ਸਾਨੂੰ ਹੀ ਖਵਾਉਣੀ ਹੈ ਅਤੇ ਆਪਾਂ ਗੁੜ ਦੀ ਜਿਹੜਾ ਗੁੜ ਹੈ ਨਾ ਉਹ ਇੱਥੇ ਹੀ ਵੰਡ ਲਈਏ ਸਾਰੇ। ਆਖੋ ਵਾਹਿਗੁਰੂ ਵਾਹ। ਗੱਲ ਤਾਂ ਚੜ੍ਹਾਉਣ ਦੀ ਸੀਗੀ ਜੀ, ਮਹਾਰਾਜ ਦੀ ਖੁਸ਼ੀ ਸੀ ਦਿੰਦੇ ਨਾ ਦਿੰਦੇ। ਕਹਿੰਦੇ ਵੀ ਆਪਾਂ ਇੱਥੇ ਹੀ ਗੁੜ ਖਾ ਲੈਂਦੇ। ਉਹ ਸਾਰਿਆਂ ਨੇ ਆਪਸ ਵਿੱਚ ਵਰਤਾ ਲਿਆ। ਲਾਲਚ ਕਰ ਖੈਬੇ ਮਿਸ਼ਟਾਨ, ਐਨ ਮਿੱਠਾ ਲਾਲਚ ਕਰਕੇ ਛੱਕ ਗਏ। ਹੁਣ ਵੇਖੋ ਨਾ ਜੀ, ਤੁਸੀਂ ਕਿਸੇ ਨੂੰ ਮਿਠਿਆਈ ਦੇਣ ਜਾਓ, ਫਿਰ ਸੋਚੋ ਵੀ ਉਹਨੇ ਦੋ ਲੱਡੂ ਕੱਢ ਕੇ ਸਾਨੂੰ ਹੀ ਦੇਣੇ ਅਤੇ ਰਾਹ 'ਚ ਹੀ ਡੱਬਾ ਖਾ ਜਾਓ ਤਾਂ ਚੰਗੀ ਗੱਲ ਥੋੜ੍ਹੀ ਹੈਗੀ ਜੀ। ਉਹਨਾਂ ਲਾਲਚ ਕਰਕੇ ਰਸਤੇ 'ਚ ਹੀ ਖਾ ਲਿਆ ਸਾਰਾ ਗੁੜ ਜੀ। ਤਿਸੀ ਥਾਨ ਮਹਿ ਕੀ ਨਸਖਾਨ, ਕਰਹਿ ਪਰਸਪਰ ਪੀ ਹੋਇ ਆਛੇ, ਗੁੜ ਖਾਵੈ ਲੈ ਦਰਸ਼ਨ ਪਾਛੇ। ਤੇ ਕਹਿੰਦੇ ਲੈ ਇਹ ਤੇ ਵਧੀਆ ਹੋ ਗਿਆ, ਗੁੜ ਖਾ ਕੇ ਮਿੱਠਾ ਮੂੰਹ ਕਰਕੇ ਤੇ ਫਿਰ ਹੀ ਦਰਸ਼ਨ ਕਰਦੇ ਹਾਂ, ਫਿਰ ਹੀ ਗੁਰੂ ਜੀ ਦੇ ਦਰਸ਼ਨ ਕਰਦੇ ਹਾਂ। ਹਾਂਜੀ, ਨਾਹੇ ਤਾਂ ਅਰਪਤ ਤਿੰਨ ਕੇ ਪਾਸ, ਸੋ ਲੇਤੇ ਹਮ ਹੋਤ ਨਿਰਾਸ। ਕਹਿੰਦੇ ਇਹ ਵੀ ਹੋ ਸਕਦਾ ਸੀ
ਵੀ ਆਪਾਂ ਭੇਟ ਕਰਦੇ ਅਤੇ ਉਹ ਰਾਖੀ ਲੈਂਦੇ, ਅਸੀਂ ਨਿਰਾਸ਼ ਹੋਣਾ ਸੀ। ਵੇਖੋ ਗੁੜ 'ਤੇ ਵੀ ਕੰਜੂਸੀ, ਤੁਰ ਵੀ ਪਏ ਆ, ਵਸਤੂ ਵੀ ਲੈ ਲਈ ਹੈ, ਪਰ ਦਿਲ ਨਹੀਂ ਹੈਗਾ ਜੀ। ਹਾਂਜੀ, ਨਿਕਟ ਟਕੇ ਵੀ ਰਾਖੋ ਨਾਹੀ, ਖਨ ਕੈ ਦਾਬ ਚਲੋ ਸ਼ਿਤ ਮਾਹੀ। ਅਤੇ ਵਿੱਚੋਂ ਇੱਕ ਕਹਿਣ ਲੱਗਾ ਵੀ ਉਹ ਸਿੱਖ ਜਿਹੜਾ ਮਿਲਿਆ ਉਹਨੇ ਕਿਹਾ ਤਿਆ ਵੀ ਮੈਂ ਕੋਈ ਮਾਇਆ ਨਹੀਂ ਭੇਟਾ ਕੀਤੀ, ਤਾਂ ਅਸੀਂ ਇੰਨੇ ਟਕੇ ਕਿਉਂ ਭੇਟਾ ਕਰਨੇ ਆ, ਇੱਥੇ ਹੀ ਟਕੇ ਰੱਖ ਜਾਓ ਸਾਰੇ ਅਤੇ ਧਰਤੀ 'ਚ ਨੱਪ ਕੇ ਇੱਥੇ ਟਕੇ ਰੱਖ ਦਿਓ। ਹਾਂਜੀ, ਟਿਗ ਤੇ ਹੇਰ ਜਾਚ ਨਹਿ ਲੇਹੇ। ਵੇਖੋ ਐਡੇ ਮੂਰਖ ਬੰਦੇ, ਮਹਾਰਾਜ ਸਤਿਗੁਰੂ ਜੀ ਨੂੰ ਕਾਹਦੀ ਕਿਸੇ ਚੀਜ਼ ਦੀ ਲੋੜ ਹੈ, ਪਰ ਕਹਿੰਦੇ ਵੀ ਮਹਾਰਾਜ ਮੰਗ ਹੀ ਨਾ ਲੈਣ, ਵੇਖ ਲਏ ਅਤੇ ਵੀ ਲਿਆਓ ਦੇ ਦਿਓ ਸੇਵਾ 'ਚ ਲਾ ਦਈਏ। ਹਾਂਜੀ, ਰਾਖੇ ਜਾਏ ਨਾ ਗੁਰ ਤੇ ਇਹ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਫਿਰ ਜੇ ਮਹਾਰਾਜ ਨੂੰ ਲਾਲਚ ਹੀ ਨਹੀਂ ਹੈਗਾ ਤਾਂ ਫਿਰ ਮਹਾਰਾਜ ਨੂੰ ਕਿਉਂ ਦੇਣੇ ਆ। ਹਾਂਜੀ, ਮਨ ਕੇ ਰੰਕ ਮਹਾਮਤ ਮੰਦੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸਲ 'ਚ ਮਨੋ ਗਰੀਬ ਸੀਗੇ। ਆਖੋ ਵਾਹਿਗੁਰੂ। ਮਨੋ ਗਰੀਬ, ਅਮੀਰੀ ਜਿਹੜੀ ਆ ਨਾ ਉਹ ਦਿਲ ਕਰਕੇ ਆ। ਤਵੰਗਰੀ ਬਾ ਦਿਲ ਅਸਤ ਨਾ ਕੇ ਵਸਾਲ। ਤਵੰਗਰੀ ਕਹਿੰਦੇ ਅਮੀਰੀ ਨੂੰ, ਅਮੀਰੀ ਜਿਹੜੀ ਹੈ ਉਹ ਮਨ ਤੋਂ ਹੁੰਦੀ ਹੈ, ਬਹੁਤੀ ਮਾਇਆ ਤੋਂ ਨਹੀਂ ਹੁੰਦੀ। ਜਾ ਰਹੇ ਹੈ ਫਿਰ ਵੀ ਮਾਇਆ ਸਾਧ ਸੰਗਤ ਜੀ ਨਾਲ ਵੀ ਲਈ ਹੈ, ਜਦੋਂ ਸੁਣਿਆ ਵੀ ਮਹਾਰਾਜ ਲੈਂਦੇ ਨਹੀਂ ਹੈ ਮੰਗਦੇ ਨਹੀਂ ਹੈ ਅਤੇ ਫੁਰਨਾ ਬਦਲ ਗਿਆ। ਆਖੋ ਵਾਹਿਗੁਰੂ ਵਾਹਿਗੁਰੂ। ਆਪਣਾ ਵੀ ਕਈ ਵਾਰੀ ਇੱਦਾਂ ਦਾ ਹੋ ਜਾਂਦਾ ਪੈਰਾ, ਸੋਚੀਦਾ ਆ ਵੀ ਮਹਾਰਾਜ ਨੂੰ ਆਹ ਕੰਮ ਹੋ ਜਾਵੇ ਇੰਨੀ ਮਾਇਆ ਭੇਟਾ ਕਰਾਂਗੇ, ਪਰ ਜਦੋਂ ਕੰਮ ਹੋ ਜਾਂਦਾ ਨਾ ਫਿਰ ਸਹਿਜੇ 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 ਅਸੀਂ ਕਹਿੰਦੇ ਕੋਈ ਨਹੀਂ ਇੰਨੀ ਕੀ ਚੜ੍ਹਾ ਦਿੰਦੇ ਹਾਂ, ਇੰਨੀ ਕੀ ਚੜ੍ਹਾ ਦਿੰਦੇ ਹਾਂ। ਉਹ ਇੱਕ ਸਿੰਘ ਗੱਲ ਸੁਣਾਉਂਦਾ, ਕਹਿੰਦਾ ਚੋਰ ਚੋਰੀ ਕਰਨ ਲੱਗਾ, ਕਹਿੰਦਾ ਰੱਬਾ ਅੱਜ ਚੋਰੀ ਕਰਾ ਦੇ ਦਸਵਾਂ ਹਿੱਸਾ ਤੇਰਾ ਵੀ ਕੱਢ ਦਾਂਗਾ। ਅਤੇ ਜਦੋਂ ਉਹਨੇ ਅਰਦਾਸ ਕੀਤੀ, ਚਲੋ ਚੋਰੀ ਤਾਂ ਕਰਨੀ ਸੀ, ਉਹਨੂੰ ਬਟੂਆ ਲੱਭ ਗਿਆ ਜੀ, ਅਤੇ ਬਟੂਏ ਦੇ ਵਿੱਚ 90 ਰੁਪਈਏ ਸੀ। ਕਹਿੰਦਾ ਰੱਬ ਤੂੰ ਬੜਾ ਸਿਆਣਾ, 100 'ਚੋਂ ਪਹਿਲਾਂ ਹੀ 10 ਆਪਣੇ ਕੱਢ ਲਈ। ਕਹਿਣ ਲੱਗਾ ਆਪਣੇ ਪਹਿਲਾਂ ਹੀ 10 ਕੱਢ ਲਈ ਅਤੇ 90 ਮੈਨੂੰ ਦੇ ਦਿੱਤੇ। ਮਤਲਬ ਜਿੰਨੇ ਬੇਈਮਾਨੀ ਕਰਨੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਏਕ ਭੀ ਨਾ ਦੇ 10 ਭੀ ਹਿਰ ਲੈ ਤੋ ਮੂੜਾ ਕਹੋ ਕਹਾਂ ਕਰੇ। ਫਿਰ ਰੱਬ ਦੀ ਖੇਡ ਦਾ ਕੀ? ਉਹ ਏਡੇ ਮੂਰਖ ਕਹਿੰਦੇ ਵੀ ਮਹਾਰਾਜ ਨੂੰ ਮਾਇਆ ਚੜ੍ਹਾ ਕੇ ਫਿਰ ਕੀ ਕਰਨੀ ਹੈ। ਹਾਂਜੀ, ਕਰਮ ਕਰਤ ਹੈ ਪਸ਼ੂ ਮਨਿੰਦੇ। ਐ ਮੂਰਖ ਪਸ਼ੂਆਂ ਵਾਲੇ ਕਰਮ ਕਰਦੇ ਆ, ਮਹਾਂਮੂਰਖ ਨੇ। ਇਮ ਕਹਿ ਤਿਸ ਥਲ ਟਕੇ ਦਬਾਏ। ਇਹ ਵਿਚਾਰ ਕਰਕੇ ਉਹਨਾਂ ਨੇ ਉੱਥੇ ਧਰਤੀ ਵਿੱਚ ਟਕਿਆਂ ਦੀ ਥੈਲੀ ਨੱਪ ਦਿੱਤੀ। ਸਭ ਮਿਲ ਗਏ ਗੁਰੂ ਜਿਸ ਥਾਏ। ਤੇ ਸਾਰੇ ਉੱਥੇ ਪਹੁੰਚ ਗਏ ਜਿੱਥੇ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੈਠੇ ਹਨ। ਦਰਸ਼ਨ ਕੀਨਸ ਹੱਥਨ ਜੋਰ। ਖਾਲੀ ਹਾਥੀ ਪਹੁੰਚੇ, ਖਾਲੀ ਹਾਥੀ ਤੇ ਹੱਥ ਜੋੜ ਕੇ ਦਰਸ਼ਨ ਕੀਤੇ। ਨਮੋ ਠਾਨ ਢਿੱਗ ਟਿੱਕੇ ਬਹੋਰ। ਮੱਥਾ ਟੇਕਿਆ ਤੇ ਬਹਿ ਗਏ ਸੰਗਤ ਵਿੱਚ। ਕਹਿ ਪਰਸਪਰ ਬੋਲਣ ਐਸੇ, ਸਤਿਗੁਰ ਸੁਣੈ ਬਾਕ ਤਿੰਨ ਜੈਸੇ। ਤੇ ਚਲਾਕੀ, ਚਲਾਕੀ ਬੰਦਾ ਸੋਚਦਾ ਮੇਰੀ ਦੁਨੀਆਂ 'ਚ ਚਲਾਕੀ ਚੱਲਦੀ ਹੈ, ਸ਼ਾਇਦ ਗੁਰੂ ਦੀ ਹਜ਼ੂਰੀ 'ਚ ਵੀ ਚੱਲ ਜਾਏਗੀ। ਉਹ ਨਾ ਉੱਚੀ ਬੋਲਦੇ ਆ, ਇੰਨੀ ਕੁ ਉੱਚੀ ਬੋਲਦੇ ਵੀ ਗੁਰੂ ਸਾਹਿਬ ਨੂੰ ਸੁਣ ਜਾਵੇ। ਤੇ ਕੀ ਕਹਿੰਦੇ ਨੇ? ਕਹਿਤ ਹੁਤੋ ਇੱਕ ਮਾਨਵ ਕੂਰ, ਲੇਕਰ ਦਰਸ਼ਨ ਦੇਤ ਹਜ਼ੂਰ। ਕਹਿੰਦਾ ਵਿੱਚੋਂ ਇੱਕ ਬੰਦਾ ਉੱਚੀ ਬੋਲ ਕੇ ਕਹਿੰਦਾ, ਕਹਿੰਦਾ ਉਹ ਜਿਹੜਾ ਬੰਦਾ ਸਾਨੂੰ ਮਿਲਿਆ ਸੀ ਉਹ ਤਾਂ ਝੂਠ ਬੋਲਦਾ ਸੀ ਵੀ ਮਹਾਰਾਜ ਮਾਇਆ ਲੈ ਕੇ ਹੀ ਦਰਸ਼ਨ ਦਿੰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਵੀ ਮਹਾਰਾਜ ਦਰਸ਼ਨ ਦੇਣ ਦੀ ਮਾਇਆ ਲੈਂਦੇ ਆ।
ਇਹਾਂ ਲੈਣ ਕੋ ਜ਼ਿਕਰ ਨਾ ਕੋਈ। ਪਰ ਇੱਥੇ ਤੇ ਜ਼ਿਕਰ ਹੀ ਕੋਈ ਨਹੀਂ ਹੈਗਾ ਮਾਇਆ ਦਾ। ਹੈ ਵੇਖੋ ਕਿੱਡੇ ਚੰਗੇ ਨੇ ਮਹਾਰਾਜ, ਮਹਾਰਾਜ ਤਾਂ ਉਂਝ ਹੀ ਦਰਸ਼ਨ ਦੇ ਰਹੇ ਆ, ਮਹਾਰਾਜ ਤਾਂ ਜ਼ਿਕਰ ਹੀ ਨਹੀਂ ਕਰ ਰਹੇ ਮਾਇਆ ਦਾ। ਹਾਂਜੀ, ਬੈਠੇ ਦੇਤ ਦਰਸ ਗੁਰ ਸੋਈ। ਹੈ ਵੇਖੋ ਕਿੱਡੇ ਚੰਗੇ ਮਹਾਰਾਜ, ਮਹਾਰਾਜ ਬੈਠੇ ਆ ਦਰਸ਼ਨ ਦੇਂਦੇ ਆ। ਮਤਲਬ ਚਲਾਕੀ ਵਾਲੀਆਂ ਗੱਲਾਂ ਜੀ, ਪੈਸੇ ਨਹੀਂ ਵੀ ਦਿੱਤੇ ਤੇ ਗੱਲਾਂ ਨਾਲ ਹੀ ਸਰ ਜੀਏ ਆਖੋ ਵਾਹਿਗੁਰੂ। ਚੇਤਾ ਰੱਖਿਓ ਗੁਰੂ ਸਾਹਿਬ, ਸਾਡੇ 10 ਰੁਪਈਆਂ ਦੀ ਲੋੜ ਨਹੀਂ ਮਹਾਰਾਜ, ਸਾਡੇ 100-150 ਦੀ ਜ਼ਰੂਰਤ ਨਹੀਂ ਹੈ। ਇੱਕ ਸਾਡਾ ਫਰਜ਼ ਹੈ ਕਿ ਵੈਦ ਰਾਜ ਨ੍ਰਿਪ ਜੋਤਸ਼ੀ ਅਵਰ ਸੰਤ ਢਿੱਗ ਜਾਏ, ਰਿਕਤ ਪਾਨ ਨਾ ਜਾਈਏ, ਫਲ ਦੀਏ ਫਲ ਪਾਏ। ਵੱਡਿਆਂ ਤੋਂ ਰੱਬ ਦੇ ਪਿਆਰਿਆਂ ਤੋਂ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਇਹ ਮਰਿਆਦਾ ਹੈ। ਉਹਨਾਂ ਨੂੰ ਲੋੜ ਥੋੜ੍ਹੀ ਹੈਗੀ ਜੀ, ਪਰ ਇਹ ਇੱਕ ਮਰਿਆਦਾ ਹੈ, ਇੱਕ ਸਤਿਕਾਰ ਹੈ। ਚਲੋ ਜੇ ਕਿਸੇ ਕੋਲ ਨਹੀਂ ਹੈ, ਕੋਈ ਗਰੀਬ ਹੈ, ਉਹ ਤਾਂ ਨਾ ਵੀ ਲੈ ਕੇ ਜਾਏ ਅਤੇ ਜਿਹੜਾ ਲੈ ਕੇ ਆਇਆ ਰਸਤੇ 'ਚ ਖਾ ਜਾਵੇ, ਜਿਹੜਾ ਲੈ ਕੇ ਆਇਆ ਰਸਤੇ 'ਚ ਨੱਪ ਪਾਵੇ, ਉਹਦੀ ਤਾਂ ਮਾੜੀ ਗੱਲ ਹੈ ਨਾ। ਉਲਟਾ ਬਹਿ ਕੇ ਚਲਾਕੀ ਵਾਲੀ ਗੱਲ ਕਰੇ, ਕਹਿੰਦੇ ਹੈ ਕਿ ਨਹੀਂ ਉਹ ਬੰਦਾ ਝੂਠ ਬੋਲਦਾ, ਮਹਾਰਾਜ ਤਾਂ ਕੋਈ ਗੱਲ ਹੀ ਨਹੀਂ ਕਰਦੇ ਮਾਇਆ ਦੀ। ਹਾਂਜੀ, ਦਰਸ਼ਨ ਹਮ ਅਮੋਲ ਹੀ ਪਾਇਓ। ਹੈ ਵੇਖੋ ਬਿਨਾਂ ਮਾਇਆ ਦਿੱਤਿਆਂ ਹੀ ਸਾਨੂੰ ਮਹਾਰਾਜ ਨੇ ਵੇਖੋ ਦਰਸ਼ਨ ਦੇ ਦਿੱਤੇ ਆ। ਜਿਨ ਕੋ ਸੁਜਸ ਜਗਤ ਮੈਂ ਛਾਇਓ। ਹੈ ਵੇਖੋ ਕਿੱਡਾ ਵੱਡਾ ਜਸ ਮਹਾਰਾਜ ਦਾ, ਕਿੰਨੀਆਂ ਸਿਫਤਾਂ, ਚਲਾਕੀ ਭਰੀਆਂ ਗੱਲਾਂ ਕਰ ਰਿਹਾ ਸੀਗਾ। ਇਮ ਭਾਖਤ ਘਟਕਾ ਜੁਗ ਬੈਠੇ। ਇਸ ਤਰ੍ਹਾਂ ਨਾ ਚਲਾਕੀ ਵਾਲੀਆਂ ਗੱਲਾਂ ਕਰਦੇ ਕਰਦੇ 2 ਘੜੀਆਂ ਉੱਥੇ ਬੈਠੇ ਰਹੇ ਜੀ। ਪੁੰਨ ਹੈ ਗ੍ਰਾਮ ਆਪਣੇ ਚੱਲ ਬੈਠੇ। ਗੁਰੂ ਸਾਹਿਬ ਨੇ ਉਹਨਾਂ ਦੀ ਕਿਸੇ ਵੀ ਗੱਲ ਦਾ ਉੱਤਰ ਨਹੀਂ ਦਿੱਤਾ ਜੀ। ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਕਿਉਂ ਪਿਆਰਿਓ, ਇੱਕ ਗੱਲ ਪੱਕੀ ਰੱਖਿਓ, ਜਦੋਂ ਤੁਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣ ਵਾਸਤੇ ਆਪਣੇ ਘਰੋਂ ਤੁਰਦੇ ਹੋ ਨਾ, ਅਤੇ ਰਸਤੇ 'ਚ ਵੀ ਜਿਹੜੇ ਜਿਹੜੇ ਫੁਰਨੇ ਬਣਾਉਂਦੇ ਆ ਗੁਰੂ ਸਾਹਿਬ ਜੀ ਨੂੰ, ਉਹ ਵੀ ਪਤਾ ਲੱਗ ਜਾਂਦੇ ਆ ਵੀ ਇਹ ਕੀ ਸੋਚਦਾ ਹੋਇਆ ਆ ਰਿਹਾ। ਇਸੇ ਕਰਕੇ ਰੱਬ ਦੇ ਪਿਆਰੇ ਕਹਿੰਦੇ ਆ ਕਿ ਜਦੋਂ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਆਵਣਾ, ਉਦੋਂ ਬਾਣੀ ਪੜ੍ਹਦੇ ਹੋਏ ਆਉਣਾ ਚਾਹੀਦਾ ਜੀ, ਨਾਮ ਜਪਦੇ ਹੋਏ ਆਉਣਾ ਚਾਹੀਦਾ, ਚਲਾਕੀਆਂ ਨਹੀਂ ਕਰਨੀਆਂ ਚਾਹੀਦੀਆਂ। ਹੁਣ ਇਹ ਚਲਾਕੀਆਂ ਕਰਨ ਦੇ ਮਹਾਰਾਜ ਨੇ ਕੋਈ ਬਖਸ਼ਿਸ਼ ਹੀ ਨਹੀਂ ਦਿੱਤੀ ਜੀ, ਜਿਵੇਂ ਆਏ ਉਵੇਂ ਚਲੇ ਗਏ। ਹਾਂਜੀ, ਅਲੀ ਸ਼ੇਰ ਕੇ ਮਨੁਜਨ ਸੁਣੀ, ਉੱਤਰੇ ਵਹਿਰ ਗੁਰੂ ਜਗ ਧਨੀ। ਇਹ ਉਵੇਂ ਹੀ ਚਲੇ ਗਏ, ਕੋਈ ਬਖਸ਼ਿਸ਼ ਨਹੀਂ ਲਈ ਜੀ, ਮਹਾਰਾਜ ਨੇ ਬਖਸ਼ੇ ਵੀ ਨਹੀਂ ਕਿਉਂਕਿ ਚਲਾਕੀ ਕਰ ਰਹੇ ਸੀ। ਆ ਕੇ ਥੋੜ੍ਹੀ ਕਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰ ਦਿਓ, ਅਸੀਂ ਕਲਾਲਾਂ ਦੇ ਘਰ ਠਹਿਰਨ ਲਈ ਕਿਹਾ, ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਉਧਰੋਂ ਅਲੀ ਸ਼ੇਰ ਪਿੰਡ ਵਾਲਿਆਂ ਨੇ ਸੁਣਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਆਏ ਹਨ। ਹਾਂਜੀ, ਨਰ ਸਮੁਦਾਇ ਆਨ ਦਰਸਨ ਤੇ ਅਨਕ ਭਾਂਤ ਕੀ ਸੇਵ ਕਰਨ ਤੇ। ਬੜੇ ਲੋਕ ਮਹਾਰਾਜ ਦੇ ਚਰਨਾਂ 'ਚ ਪਹੁੰਚ ਰਹੇ ਆ, ਬੜੀ ਸੇਵਾ ਕਰ ਰਹੇ ਨੇ, ਮੇਲਾ ਲੱਗਾ ਪਿਆ। ਹਮ ਕੋ ਭੀ ਅਬ ਇਮ ਬਨ ਆਏ। ਅਲੀ ਸ਼ੇਰ ਵਾਲੇ ਸੋਚਦੇ ਵੀ ਸਾਨੂੰ ਵੀ ਇਹ ਚਾਹੀਦਾ ਹੈ, ਦਰਸ਼ਨ ਕਰ ਹੈ ਮਿਲਣ ਢਿੱਗ ਜਾਏ, ਵੀ ਮਹਾਰਾਜ ਦੇ ਦਰਸ਼ਨ ਕਰੀਏ, ਗੁਰੂ ਸਾਹਿਬ ਜੀ ਦੇ ਕੋਲ ਜਾਈਏ। ਪੁਰਖ ਮਹਾਨ ਸਮੀਪੀ ਪਾਏ। ਭਾਈ ਮਹਾਨ ਪੁਰਖ ਨੇ ਮਹਾਰਾਜ, ਮਹਾਰਾਜ ਦੇ ਚਰਨਾਂ 'ਚ ਸਾਨੂੰ ਵੀ ਜਾਣਾ ਚਾਹੀਦਾ। ਨਹਿ ਦਰਸ ਹੈ ਇਹ ਦੋਸ਼ ਕਹਾਏ। ਮਹਾਨ ਪੁਰਸ਼ ਨੇੜੇ ਆਏ ਹੋਣ ਅਤੇ ਦਰਸ਼ਨ ਨਾ ਕਰੀਏ, ਇਹ ਮਾੜੀ ਗੱਲ ਹੈ। ਹਾਂਜੀ, ਪੁਨਹ ਪਰਸ ਪਰ ਕਹਿਤ ਸੁਣਨ ਤੇ। ਇਸ ਤਰ੍ਹਾਂ ਬਚਨ ਪੁਲਾਸ ਕਰਦਿਆਂ ਕਿਆ ਲੈ ਚੱਲ ਹੈ ਜੇ ਤਿੰਨ ਦਰਸਨ ਤੇ। ਸੋਚਿਆ ਵੀ ਕੀ ਲੈ ਕੇ ਜਾਈਏ ਮਹਾਰਾਜ ਵਾਸਤੇ, ਕਿਵੇਂ ਜਾਈਏ, ਕੀ ਲੈ ਕੇ ਜਾਈਏ ਦਰਸ਼ਨ ਕਰਨ ਵਾਸਤੇ। ਪੂਰਬ ਕਰਹੋ ਉਪਾਇਨ ਤਿਆਰ, ਵੀ ਪਹਿਲਾਂ ਕੋਈ ਭੇਟਾ ਤਿਆਰ ਕਰੀਏ। ਹਾਂਜੀ, ਮਿਲ ਸਭ ਦਰਸ ਹੋ ਦਰਸ ਉਦਾਰ, ਫਿਰ ਦਰਸ਼ਨ ਕਰੀਏ ਮਹਾਰਾਜ ਜੀ ਦੇ,
ਇੱਕ ਨੇ ਕਹਿਓ ਪੰਧੇਹਰ ਆਏ, ਪਰ ਅਲੀ ਸ਼ੇਰ ਵਾਲਿਆਂ ਦੇ ਵਿਭਾਗ ਢਿੱਲੇ ਹੀ ਨੇ। ਆਖੋ ਵਾਹਿਗੁਰੂ। ਉਹ ਇੱਕ ਕਹਿਣ ਲੱਗਾ ਵੀ ਉਹ ਪੰਧੇਰੀਏ ਆਏ ਸੀਗੇ ਸਾਰੇ, ਤਨਹੈ ਆਨ ਕਿਆ ਤਹਾਂ ਚੜ੍ਹਾਏ, ਉਹਨਾਂ ਨੇ ਕੀ ਚੜ੍ਹਾਇਆ ਮਹਾਰਾਜ ਨੂੰ। ਹਾਂਜੀ, ਸਭ ਸੁਧ ਲਿਹ ਗਮ ਨੇ ਮਿਲ ਜਥਾ, ਪੁੰਨ ਤੁਮ ਕਰਹੋ ਲਾਈ ਕੀ ਤਥਾ। ਵੀ ਜੋ ਉਹਨਾਂ ਚੜ੍ਹਾਇਆ ਉਹ ਹੀ ਅਸੀਂ ਵੀ ਚੜ੍ਹਾਈਏ ਮਹਾਰਾਜ ਨੂੰ। ਹਾਂਜੀ, ਗ੍ਰਾਮ ਪੰਚਾਇਤ ਹੁਤੀ ਸੋ ਜੈਸੇ, ਘਾਟ ਨਾ ਤੁਮ ਪੀ ਲਾਏ ਕਤੈਸੇ। ਵੀ ਸਾਡੀ ਪੰਚਾਇਤ ਵੀ ਉਹਨਾਂ ਵਰਗੀ ਹੈ ਜਿੱਡੀ ਪੰਚਾਇਤ ਤੁਹਾਡੀ ਉੱਧਰ ਹੈ, ਅਸੀਂ ਵੀ ਘੱਟ ਨਹੀਂ ਹੈਗੇ, ਅਤੇ ਜੋ ਉਹਨਾਂ ਭੇਟਾ ਕੀਤਾ ਉਹ ਅਸੀਂ ਭੇਟਾ ਕਰੀਏ। ਹਾਂਜੀ, ਤਿੰਨ ਮਹੋਂ ਇੱਕ ਨੇ ਸਕਲ ਸੁਣਾਈ, ਉਨ ਕੀ ਸੁਧ ਮੁਝ ਤੇ ਲਿਹੋ ਪਾਈ। ਉਹ ਵਿੱਚੋਂ ਹੀ ਕਹਿੰਦਾ ਵੀ ਪੰਧੇਰੀਆਂ ਦੀ ਵੀ ਸੁਣ ਲਓ ਮੇਰੇ ਕੋਲੋਂ। ਹਾਂਜੀ, ਕਛੂ ਨਾ ਭੇਟ ਤਰੀ ਗੁਰ ਆਗੇ। ਉਹਨਾਂ ਪੰਧੇਰੀਆਂ ਨੇ ਤਾਂ ਮਹਾਰਾਜ ਅੱਗੇ ਕੋਈ ਵੀ ਭੇਟਾ ਨਹੀਂ ਰੱਖੀ। ਹਾਂਜੀ, ਸ਼ੂਸ਼ੇ ਪਾਨ ਦਰਸ਼ਕ ਹੋ ਲਾਗੇ, ਖਾਲੀ ਹੱਥ ਆ ਕੇ ਦਰਸ਼ਨ ਕੀਤੇ। ਆਖੋ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਸਾਡੇ ਪੁਰਾਣੇ ਪੁਰਖ ਵਾਹਿਗੁਰੂ, ਘਰੋਂ ਭਾਵੇਂ ਕੌਲੀ ਆਟੇ ਦੀ ਲੈ ਆਉਂਦੇ ਸੀ ਪਰ ਖਾਲੀ ਹੱਥ ਨਹੀਂ ਸੀ ਆਉਂਦੇ ਹੁੰਦੇ, ਰੁਪਈਆ ਹੀ ਲੈ ਆਉਣਾ ਵੀ ਮਹਾਰਾਜ ਦੇ ਅਸਥਾਨ 'ਤੇ ਚੱਲੇ ਹਾਂ, ਭਾਵੇਂ ਰੁਪਈਆ ਹੀ ਭੇਟਾ ਕਰ ਦਈਏ ਪਰ ਖਾਲੀ ਹੱਥ ਨਹੀਂ ਜਾਣਾ। ਉਹ ਕਹਿੰਦੇ ਵੀ ਉਹ ਤਾਂ ਖਾਲੀ ਹੱਥ ਹੀ ਆਏ ਸੀ ਸਾਰੇ। ਹਾਂਜੀ, ਮਿਲ ਕਰ ਗਏ ਨਾ ਬੋਲਿਓ ਕੋਉ, ਤੇ ਇਕੱਠੇ ਹੋ ਕੇ ਆਏ ਆ ਪਰ ਗੱਲਬਾਤ ਨਹੀਂ ਹੋਈ ਮਹਾਰਾਜ ਨਾਲ। ਇਮ ਦਰਸ਼ਨ ਕੀਨਸ ਮਿਲ ਸੋਉ, ਪਰ ਇੱਦਾਂ ਸਾਰੇ ਪੰਧੇਰੀਆਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਆ। ਹਾਂਜੀ, ਸੁਣ ਕੇ ਕਹਿਤ ਭਏ ਨਰ ਸਾਰੇ, ਹਮ ਕਿਆ ਤਿਨਕੇ ਹੀਨ ਵਿਚਾਰੇ। ਆਖੋ ਵਾਹਿਗੁਰੂ। ਉਹ ਕਹਿਣ ਲੱਗੇ ਵੀ ਕੀ ਅਸੀਂ ਉਹਨਾਂ ਨਾਲੋਂ ਹੀਣੇ ਵਿਚਾਰੀਏ, ਵੀ ਆਪਾਂ ਹੀਣੇ ਹਾਂ ਉਹਨਾਂ ਤੋਂ ਕਿ ਉਹਨਾਂ ਤੋਂ ਘੱਟ ਹਾਂ। ਹਾਂਜੀ, ਤਿੰਨਹਾਂ ਜੇ ਮਿਲ ਕੇ ਨਹਿ ਕੁਛ ਦਿਓ, ਸ਼ੂਸ਼ੇ ਦਰਸ ਸ਼ੂਸ਼ੇ ਹੋਏ ਦਰਸ ਗੁਰ ਲਿਓ। ਵੀ ਜੇ ਉਹਨਾਂ ਨੇ ਕੁਝ ਨਹੀਂ ਦਿੱਤਾ, ਖਾਲੀ ਹੱਥ ਹੀ ਮਹਾਰਾਜ ਦੇ ਦਰਸ਼ਨ ਕੀਤੇ ਆ। ਹਾਂਜੀ, ਤੈਸੇ ਹੀ ਤੁਮ ਗਮਨ ਹੋ ਸਾਰੇ, ਮੰਦਮਤੀ ਮਹਿਮਾ ਨਾ ਵਿਚਾਰੇ। ਅਸੀਂ ਕਿਹੜਾ ਘੱਟ ਹਾਂ ਫਿਰ, ਅਸੀਂ ਵੀ ਨਹੀਂ ਕੁਝ ਦੇਣਾ। ਆਖੋ ਵਾਹਿਗੁਰੂ ਵਾਹਿਗੁਰੂ। ਦੇਖੋ, ਇਹਨਾਂ ਨੂੰ ਕਹਿੰਦੇ ਮੂਰਖਾਂ ਦੇ ਮੂਰਖ ਯਾਰ ਹੁੰਦੇ ਆ। ਵੀ ਚਾਹੀਦਾ ਤੇ ਸੀ, ਅੱਛਾ ਉਹਨਾਂ ਨੇ ਖਾਲੀ ਹੱਥ ਦਰਸ਼ਨ ਕੀਤੇ ਆ, ਭਾਈ ਅਸੀਂ ਤਾਂ ਕੁਛ ਲੈ ਕੇ ਜਾਈਏ, ਅਸੀਂ ਤਾਂ ਕੋਈ ਸੇਵਾ ਕਰ ਲਈਏ। ਪਰ ਉਹਨਾਂ ਤੋਂ ਵੀ ਮੂਰਖ ਨਿਕਲੇ, ਜਿੱਦ ਕਰੋ ਪਰ ਚੰਗੇ ਕੰਮ ਦੀ ਕਰੋ, ਜਿੱਦਾਂ ਰੀਸਾਂ ਕਰਨੀਆਂ ਚਾਹੀਦੀਆਂ ਚੰਗੇ ਕੰਮ ਦੀਆਂ ਕਰਨੀਆਂ ਚਾਹੀਦੀਆਂ, ਮਾੜੇ ਕੰਮ ਦੀਆਂ ਨਹੀਂ ਕਰਨੀਆਂ ਚਾਹੀਦੀਆਂ। ਕਹਿੰਦੇ ਵੀ ਅਸੀਂ ਕਿਉਂ ਫਿਰ ਲੈ ਕੇ ਜਾਈਏ, ਅਸੀਂ ਵੀ ਖਾਲੀ ਹੱਥ ਹੀ ਚੱਲਦੇ ਹਾਂ। ਸ਼ੂਸ਼ੇ ਜਾਏ ਦਰਸ ਕਹੋ ਕਰਿਓ, ਉਹ ਅਲੀ ਸ਼ੇਰ ਵਾਲੇ ਮੂਰਖ ਬੰਦੇ ਉਹ ਵੀ ਖਾਲੀ ਹੱਥ ਹੀ ਗਏ ਮਹਾਰਾਜ ਕੋਲ, ਖਾਲੀ ਹੱਥ ਹੀ ਜਾ ਕੇ ਦਰਸ਼ਨ ਕੀਤੇ। ਰਹੇ ਮੌਨ ਗੁਰ ਕੁਛ ਨਾ ਉਚਰਿਓ, ਸੱਚੇ ਪਾਤਸ਼ਾਹ ਗਰੀਬ ਨਿਵਾਜ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਫਿਰ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਉਂਝ ਖਾਲੀ ਹੱਥ ਆ ਜਾਂਦੇ ਗੱਲ ਹੋਰ ਸੀ, ਪਰ ਹੁਣ ਉਹ ਪੰਧੇਰੀਆਂ ਦੀ ਰੀਸ ਕਰਨ ਦਏ ਹੈ। ਇਹਨੂੰ ਕਹਿੰਦੇ ਇੱਕ ਦੂਜੇ 'ਤੇ ਚੜ੍ਹੋ ਖੱਤੀ 'ਚ ਕੰਮ ਕਰਨਾ, ਵੀ ਜੋ ਉਹਨਾਂ ਕੀਤਾ ਹੀ ਵੱਧ ਕਰਨਾ ਹੈ, ਜੋ ਉਹਨਾਂ ਕੀਤਾ ਹੀ ਵੱਧ ਕਰਨਾ, ਚੜ੍ਹੋ ਖੱਤੀ 'ਚ। ਜੇ ਤਾਂ ਚੜ੍ਹੋ ਖੱਤੀ 'ਚ ਚੰਗਾ ਕੰਮ ਹੋਵੇ ਤਾਂ ਇਹਦੇ ਨਾਲ ਦੀ ਵੀ ਰੀਸ ਨਹੀਂ। ਵੀ ਇੱਕ ਬੰਦਾ ਬਹੁਤ ਕੰਜੂਸ, ਉਹਨੇ ਰਾਗੀਆਂ ਨੂੰ 50 ਰੁਪਏ ਦਿੱਤੇ, ਉਹਦਾ ਕੁੜਮ ਉਹ ਤੋਂ ਵੀ ਵੱਧ ਕੰਜੂਸ ਸੀ, ਉਹਨੇ 100 ਦਿੱਤਾ। ਅਤੇ ਉਹਨੂੰ ਉਹਦਾ ਪੁੱਤ ਪੁੱਛਦਾ ਵੀ ਪਿਤਾ ਜੀ ਇਕੱਠਾ ਹੀ 100 ਭੇਟਾ ਕਰਦਾ ਜੇ? ਕਹਿੰਦਾ ਉਹਨੇ 50 ਦਿੱਤੇ ਆ, ਮੇਰੀ ਕੀ ਇੱਜ਼ਤ ਰਹਿੰਦੀ ਹੈ, ਘੱਟੋ ਘੱਟ 100 ਤਾਂ ਕਰਾਂ। ਆਖੋ ਵਾਹਿਗੁਰੂ ਵਾਹਿਗੁਰੂ। ਤਾਂ ਵੀ ਨਹੀਂ ਕੁਛ ਬਣਨਾ, ਤਾਂ ਵੀ ਨਹੀਂ ਕੁਛ ਬਣਨਾ, ਇਹ ਉਹ ਲੱਗਣੇ ਨਹੀਂ।
ਇਹ ਤਾਂ ਸਾਧ ਸੰਗਤ ਜੀ ਜਿੱਥੇ ਆਪਾਂ ਬੈਠੇ ਹਾਂ ਇੱਥੇ ਇੱਕੋ ਹੀ ਚੀਜ਼ ਹੈ, ਉਹ ਹੈ ਪ੍ਰੇਮ। ਪ੍ਰੇਮ ਹੈ, ਖਾਲੀ ਹੱਥ ਵੀ ਆ ਜਾਓ ਤਾਂ ਵੀ ਪ੍ਰਵਾਨ ਹੈ, ਕਿਉਂ? ਹਿਰਦੇ 'ਚ ਪ੍ਰੇਮ ਹੈ। ਪਰ ਮੈਂ ਦੇਖਿਆ ਸਗੋਂ ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਹੁੰਦਾ ਉਹ ਕਹਿੰਦੇ ਨਹੀਂ ਨਹੀਂ ਖਾਲੀ ਹੱਥ ਨਹੀਂ ਦਰਸ਼ਨ ਕਰਨੇ, ਕੁਛ ਲੈ ਕੇ ਜਾਣਾ, ਕੁਝ ਲੈ ਕੇ ਜਾਣਾ। ਪਿੱਛੇ ਦੇ ਇੱਥੇ ਵੀ ਆਪਣੇ ਕੋਲ ਵੀ ਆਏ ਸੀ ਇਟਲੀ ਤੋਂ ਗੁਰਮੁਖ ਪਿਆਰੇ, ਉਹਨਾਂ ਦਾ ਫੁੱਲਾਂ ਦਾ ਕੰਮ ਸੀ। ਹਰਿਮੰਦਰ ਸਾਹਿਬ ਵਾਸਤੇ ਇਟਲੀ 'ਚੋਂ ਗੁਲਦਸਤੇ ਬਣਾ ਕੇ ਲੈ ਕੇ ਆਏ ਜੀ, ਇਟਲੀ 'ਚੋਂ। ਹਾਂਜੀ, ਉਹਨਾਂ ਭੇਟ ਕੀਤੇ ਮਹਾਰਾਜ ਦੇ। ਪ੍ਰੇਮ ਦਾ ਪਤਾ ਲੱਗਦਾ ਵੀ ਅੰਦਰ ਪ੍ਰੇਮ ਹੈਗਾ, ਇਹ ਕੋਈ ਪ੍ਰੇਮ ਥੋੜ੍ਹੀ ਹੈ। ਅਤੇ ਫੋਰਮੈਲਿਟੀ ਜੀ ਕੀਤੀ ਹੈ ਵੀ ਜੇ ਉਹਨਾਂ ਨੇ ਖਾਲੀ ਹੱਥ ਦਰਸ਼ਨ ਕੀਤੇ ਉਹ ਤਾਂ ਮੂਰਖ ਹੀ ਨੇ, ਪਰ ਇਹ ਵੱਡੇ ਮੂਰਖ ਉਹਨਾਂ ਤੋਂ ਵੀ ਇਹ ਕਹਿੰਦੇ ਅਸੀਂ ਵੀ ਖਾਲੀ ਹੱਥ ਦਰਸ਼ਨ ਕਰਨੇ। ਮਹਾਰਾਜ ਨੇ ਫਿਰ ਉਹਨਾਂ ਨੂੰ ਕੁਛ ਵੀ ਨਹੀਂ ਕਿਹਾ ਜੀ। ਹਾਂਜੀ, ਇੱਕ ਨਿਸਾ ਬਸ ਕਹਿ ਤਿਸ ਥਾਈਂ। ਇੱਕ ਰਾਤ ਮਹਾਰਾਜ ਅਲੀ ਸ਼ੇਰ ਪਿੰਡ ਦੇ ਬਾਹਰ ਰਹੇ ਜੀ, ਫਿਰ ਅੰਦਰ ਨਹੀਂ ਗਏ ਜੀ। ਗਮਨੇ ਜੋਗੇ ਗ੍ਰਾਮ ਗੁਸਾਈ, ਉੱਥੋਂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੋਗੇ ਪਿੰਡ ਵਿੱਚ ਗਏ ਜੀ। ਹਾਂਜੀ, ਉੱਥੋਂ ਨਿਕਟ ਡੇਰਾ ਕਰ ਦੀਨਾ, ਹਾਂਜੀ, ਬੈਠ ਬਿਰਾਜੇ ਪ੍ਰਭੂ ਪਰਬੀਨਾ। ਜੋਗੇ ਪਿੰਡ ਦੇ ਬਾਹਰ ਵਾਰ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ। ਦੁਗਦ ਦੇਤ ਇੱਕ ਮਹਿਖੀ ਸਾਥ, ਤਿਸ ਕੀ ਦਿਸ਼ਾ ਦੇਖ ਜਗਨਾਥ। ਉੱਥੇ ਸਾਧ ਸੰਗਤ ਜੀ, ਮਹਾਰਾਜ ਜੀ ਦੇ ਨਾਲ ਇੱਕ ਗਾਂ ਸੀਗੀ, ਦੁੱਧ ਦਿੰਦੀ ਸੀ ਜਿਹੜੀ। ਮਹਾਰਾਜ ਨੇ ਉਸ ਗਾਂ ਵੱਲ, ਵਾਹਿਗੁਰੂ ਉਹ ਮੱਝ ਵੱਲ ਵੇਖਿਆ ਜੀ, ਮੱਝ ਸੀਗੀ, ਮਹਾਰਾਜ ਨੇ ਉਹਦੇ ਵੱਲ ਦੇਖਿਆ। ਪਾਸ ਦਾਸ ਗਨ ਤਿੰਨ ਸੌ ਕਹਿਓ, ਦਿਵਸ ਦੁਪਹਿਰ ਭਇਓ ਹਮ ਲਹਿਓ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਦੁਪਹਿਰਾਂ ਚੜ ਗਈਆਂ। ਹਾਂਜੀ, ਨਹੀਂ ਗ੍ਰਾਮ ਤੇ ਕੋ ਨਰ ਆਇਓ, ਇਸ ਪਿੰਡ ਦਾ ਬੰਦਾ ਹੀ ਕੋਈ ਨਹੀਂ ਆਇਆ। ਕਹਿੰਦੇ ਮਾੜੇ ਭਾਗ, ਵੇਖੋ ਮੈਨੂੰ ਤਾਂ ਇਉਂ ਮਹਿਸੂਸ ਹੁੰਦਾ ਵੀ ਸਾਰੀ ਬੈਲਟ ਹੀ ਮਾੜੇ ਭਾਗਾਂ ਵਾਲੀ ਸੀ। ਉਹ ਆਖੋ ਵਾਹਿਗੁਰੂ ਵਾਹਿਗੁਰੂ, ਸਾਰੇ ਪਿੰਡਾਂ ਦੇ ਪਿੰਡ ਹੀ ਮਾੜੇ ਭਾਗਾਂ ਵਾਲੇ ਸੀਗੇ। ਹਾਂਜੀ, ਘਾਸ ਆਦਿ ਕੁਛ ਨਹਿ ਮੰਗਵਾਇਓ, ਮਹਾਰਾਜ ਕਹਿੰਦੇ ਕੋਈ ਬੰਦਾ ਆਇਆ ਹੀ ਨਹੀਂ, ਕੋਈ ਮੱਝ ਨੂੰ ਹੀ ਘਾਹ ਪਾ ਦਿੰਦੇ, ਕੋਈ ਮੰਗਵਾਓ ਘਾਹ ਕਹਿਣ ਲੱਗੇ। ਭਾਉ ਨਾ ਕਰਿਓ ਆਨ ਕਰ ਕਾਹੂ, ਮਾਨਵ ਹੈ ਕਿ ਨਹੀਂ ਇਸ ਮਾਹੂ। ਮਹਾਰਾਜ ਕਹਿਣ ਲੱਗੇ ਇਸ ਪਿੰਡ 'ਚ ਕੋਈ ਬੰਦਾ ਰਹਿੰਦਾ ਜਾਂ ਨਹੀਂ ਰਹਿੰਦਾ। ਹਾਂਜੀ, ਪਰਿਓ ਸ਼ੂਨ ਜੈਸੇ ਦ੍ਰਿਸ਼ਟਾਵੈ, ਐਂ ਸੁੰਨ ਜੀ ਪਈ ਆ ਇੱਥੇ। ਹਾਂਜੀ, ਵਹਿਰ ਨਹੀਂ ਕਿ ਆਵਤ ਜਾਵੈ, ਵੀ ਕੋਈ ਬੰਦਾ ਵੀ ਨਹੀਂ ਆਉਂਦਾ ਜਾਂਦਾ ਦਿਸਦਾ ਇੱਥੇ। ਸਿੱਖਨ ਸੁਣ ਕੇ ਭੇਵ ਜਨਾਇਓ, ਗੁਰੂ ਕੇ ਸਿੱਖਾਂ ਨੇ ਮਹਾਰਾਜ ਨੂੰ ਫਿਰ ਦੱਸਿਆ ਹੈ ਇਮ ਜਥਾ ਆਪ ਫੁਰਮਾਇਓ। ਮਹਾਰਾਜ ਇਉਂ ਹੀ ਲੱਗਦਾ ਹੈ ਜਿਵੇਂ ਤੁਸੀਂ ਕਿਹਾ। ਹਾਂਜੀ, ਸਭ ਨਰ ਗੁਣ ਤੇ ਹੀਨ ਦਿਸਾਵੈ, ਵੀ ਇੱਥੋਂ ਦੇ ਬੰਦਿਆਂ ਨੂੰ ਸੋਝ ਹੀ ਨਹੀਂ ਹੈਗੀ। ਹਾਂਜੀ, ਇਸ ਥਲ ਨਿਸ ਸੁਖ ਸੋਨਾ ਬਿਤਾਵੈ, ਆਖੋ ਵਾਹਿਗੁਰੂ, ਕੋਈ ਸੋਝ ਹੀ ਨਹੀਂ ਹੈਗੀ। ਮਹਾਰਾਜ ਇੱਥੇ ਨਹੀਂ ਰਾਤ ਰਹਿਣਾ ਆਪਾਂ, ਵੇਖੋ ਤਾਂਹੀਓ ਕਹਿੰਦੇ ਨਾ ਕਥਾ ਕਰ ਸੁਣਨੀ ਚਾਹੀਦੀ ਹੈ, ਪਰਮਾਤਮਾ ਦੇ ਪਿਆਰਿਆਂ ਦਾ ਸੰਗ ਕਰਨਾ ਚਾਹੀਦਾ, ਬੰਦੇ ਨੂੰ ਸੋਝੀ ਹੋ ਜਾਂਦੀ ਹੈ, ਸਮਝ ਆ ਜਾਂਦੀ ਹੈ। ਕੋਈ ਸੰਤ ਮਹਾਤਮਾ ਗੁਰਸਿੱਖ ਆਇਆ ਉਹਦੀ ਸੇਵਾ ਕਰਨੀ ਹੈ, ਸੋਝੀ ਹੋ ਜਾਂਦੀ ਹੈ। ਨਹੀਂ ਤਾਂ ਜਿਵੇਂ ਇਹ ਸਾਰੇ ਮੂਰਖਾਂ ਦੇ ਮੂਰਖ ਹੀ ਪਿੰਡ ਸਾਰੇ ਤੁਰੇ ਫਿਰਦੇ, ਉਵੇਂ ਬੰਦਾ ਵੀ ਮੂਰਖ ਹੋ ਜਾਂਦਾ ਜੀ। ਕੋਈ ਮੰਗਣ ਵਾਲਾ ਆ ਗਿਆ, ਕੋਈ ਨਹੀਂ ਪਤਾ ਰੱਬ ਕਿਹਦੇ ਰੂਪ 'ਚ ਆ ਗਿਆ ਜੀ, ਅਤੇ ਉਹਨੂੰ ਬੜੇ ਸਖਤ ਬੋਲ ਬੋਲ ਕੇ ਭਜਾਉਂਦੇ ਆ ਕਈ। ਪਰ ਦਾਸ ਨੇ ਦਰਸ਼ਨ ਕੀਤੇ, ਜਿਹੜੇ ਨਾਮ ਜਪਦੇ ਨਾ ਉਹ ਭਾਵੇਂ ਰੁਪਈਆ ਹੀ ਉਹਨਾਂ ਨੂੰ ਦੇਣ, ਕਹਿੰਦੇ ਖਾਲੀ ਨਹੀਂ ਤੋਰਨਾ। ਚੇਤਾ ਰੱਖਿਓ, ਜਿਹੜਾ ਆਪਣੇ ਘਰੋਂ ਕਿਸੇ ਨੂੰ ਖਾਲੀ ਨਹੀਂ ਨਾ ਤੋਰਦਾ, ਜਦੋਂ ਗੁਰੂ ਘਰ ਵਿੱਚ ਆਉਂਦਾ ਗੁਰੂ ਸਾਹਿਬ ਉਹਨੂੰ ਵੀ ਖਾਲੀ ਨਹੀਂ ਤੋਰਦਾ, ਕੁਝ ਨਾ ਕੁਝ ਮਹਾਰਾਜ ਵੀ ਉਹਦੀ ਝੋਲੀ 'ਚ ਪਾਉਂਦੇ ਆ, ਉਹਨੂੰ ਦੇ ਕੇ ਤੋਰਦੇ ਆ ਵੀ ਲੈ ਤੂੰ ਆਏ ਗਏ ਦੀ ਸੇਵਾ ਕਰਦਾ,
ਅਤੇ ਜਿਹੜਾ ਕਿਸੇ ਦੇ ਗਏ ਅਤੇ ਸਤਿਕਾਰ ਨਹੀਂ ਕਰਦਾ ਫਿਰ ਉਹ ਵੀ ਜਦੋਂ ਕਿਤੇ ਜਾਂਦਾ ਅਤੇ ਉਹਦਾ ਵੀ ਸਤਿਕਾਰ ਨਹੀਂ ਹੁੰਦਾ। ਹਾਂਜੀ ਸੁਨਤ ਸਤਿਗੁਰੂ ਕੂਚ ਕਰਾਇਓ ਗਮ ਨੇ ਮਾਰਗ ਸਿੱਖ ਸਮਦਾਇਓ। ਅਤੇ ਮਹਾਰਾਜ ਨੇ ਉੱਥੋਂ ਫਿਰ ਕੂਚ ਕੀਤੀ ਜੀ, ਉੱਥੋਂ ਚੱਲ ਪਾਇਆ। ਜਿਸ ਨੇ ਜੋਗਾ ਕਰਿਓ ਵਸਾਵਨ, ਉਹ ਜਿਸ ਵੱਡੇ ਬੰਦੇ ਨੇ ਜੋਗਾ ਪਿੰਡ ਵਸਾਇਆ ਸੀ ਨਾ, ਸੋ ਜੁਗ ਰਾਜ ਹੋ ਤੋ ਤਿਸ ਥਾਵਨਾ। ਤੇ ਜਿਹੜਾ ਉਸ ਜੋਗੇ ਪਿੰਡ ਦਾ ਮਾਲਕ ਸੀ ਉਹ ਆਪ ਪਿੰਡ ਚ ਨਹੀਂ ਸੀ ਹੈਗਾ। ਤਿਸ ਕੋ ਪਿਤਾ ਮਿਲਿਓ ਮਗ ਮਾਹੇ, ਉਹ ਮਹਾਰਾਜ ਨੂੰ ਅੱਗੋਂ ਉਹਦਾ ਪਿਤਾ ਮਿਲ ਪਿਆ ਜੀ। ਹਾਂਜੀ ਗੁਰ ਪਦ ਪੰਕਜ ਬੰਦੇ ਤਾਹੇ, ਉਹਨੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਕਹਿਓ ਬਾਕ ਤਿਨ ਦੇਖ ਸਮਾਜ, ਉਹਨੇ ਵੇਖਿਆ ਵੀ ਬੰਦਾ ਹੀ ਬਹੁਤ ਹੈ, 700-800 ਸਰੀਰ ਹੈ। ਰਲੀਏ ਉੱਤਰ ਹੋ ਗੁਰ ਮਹਾਰਾਜ, ਉਹ ਵੀ ਮਹਾ ਹੀ ਕੰਜੂਸ ਸੀ। ਆਖੋ ਵਾਹਿਗੁਰੂ ਵਾਹਿਗੁਰੂ, ਉਹਨੇ ਇਹ ਨਹੀਂ ਕਿਹਾ ਵੀ ਮਹਾਰਾਜ ਇੱਥੇ ਹੀ ਰਹੋ ਜੋਗੇ ਹੀ ਰਹੋ, ਕਹਿੰਦਾ ਮਹਾਰਾਜ ਰਲੀਏ ਉਤਰਿਓ ਜਾ ਕੇ। ਆਖੋ ਵਾਹਿਗੁਰੂ ਵਾਹਿਗੁਰੂ, ਵੀ ਰਲੀਏ ਪਿੰਡ ਪੜਾ ਕਰਿਓ ਆਪਣਾ। ਹਾਂਜੀ ਡੇਰਾ ਕਰੋ ਸਕਲ ਸੁਖ ਪਾਵੋ, ਮਹਾਰਾਜ ਉੱਥੇ ਰਲੀਏ ਰਿਓ ਉੱਥੇ ਸੁਖ ਪਾਇਓ। ਬਸ ਹੋ ਨਿਸਾ ਪੁਨ ਕੂਚ ਕਰਾਵੋ, ਉੱਥੇ ਮਹਾਰਾਜ ਰਾਤ ਰਹਿ ਲਿਓ ਰਲੀਏ ਪਿੰਡ 'ਚ। ਇਹਦਾ ਮਤਲਬ ਉਹ ਵੀ ਕੰਜੂਸ ਸੀ ਵੀ ਸੇਵਾ ਨਾ ਕਰਨੀ ਪੈ ਜੇ। ਹਾਂਜੀ ਸੁਣ ਸਤਿਗੁਰ ਸ਼੍ਰੀ ਮੁਖ ਫੁਰਮਾਏ, ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ। ਆਖੋ ਵਾਹਿਗੁਰੂ ਵਾਹਿਗੁਰੂ, ਮਹਾਰਾਜ ਆਪਣੇ ਮੁਖ ਤੋਂ ਬਚਨ ਕਰਦੇ ਹਨ। ਨਹਿ ਅਬ ਰਲੀਏ ਉੱਤਰ ਹੈ ਜਾਏ, ਮਹਾਰਾਜ ਕਹਿੰਦੇ ਹੁਣ ਰਲੀਏ ਵੀ ਨਹੀਂ ਉੱਤਰਦਾ। ਕਿਉਂ ਰਲੀਆ ਵੀ ਤੇ ਫਿਰ ਇਹਨਾਂ ਅਰਗਾ ਹੀ ਸੀ ਜੋਗੇ ਵਾਲੇ ਅਰਗਾ, ਇੱਕੋ ਜਿੱਕੇ ਹੀ ਸਾਰੇ ਵੱਸੇ ਆ ਲਾਗੇ ਲਾਗੇ ਮਨਮੁੱਖਾਂ ਦੇ ਪਿੰਡ ਨੇ। ਹਾਂਜੀ ਡੇਰਾ ਕਰਹਿ ਗ੍ਰਾਮ ਭੋਪਾਲ, ਮਹਾਰਾਜ ਕਹਿੰਦੇ ਹੁਣ ਤਾਂ ਭੋਪਾਲ ਹੀ ਜਾ ਕੇ ਡੇਰਾ ਕਰਾਂਗੇ। ਭੋਪਾਲ ਪਿੰਡ ਸੀਗਾ ਕਿੰਨੀ ਅੱਗੇ। ਜਾਮਨ ਤਹਾਂ ਬਿਤਾਵਹਿ ਚਾਲ, ਉੱਥੇ ਰਾਤ ਗੁਜ਼ਾਰਾਂਗੇ। ਤੂੰ ਜੋਗੇ ਨੂੰ ਅਧਿਕ ਵਸਾਵੋ, ਥਲ ਅਜੀਤ ਤਹਿ ਕੋ ਲੱਖ ਪਾਵੋ। ਮਹਾਰਾਜ ਕਹਿੰਦੇ ਤੂੰ ਜੋਗੇ 'ਚ ਹੀ ਰਹੀਂ, ਉਹਨੂੰ ਹੀ ਵਸਾਈ ਹੁਣ ਚੰਗੀ ਤਰ੍ਹਾਂ। ਹਾਂਜੀ ਇਮ ਕਹਿ ਉਤਰੇ ਜਾਏ ਭੋਪਾਲੀ, ਇਹ ਕਹਿ ਕੇ ਸੱਚੇ ਪਾਤਸ਼ਾਹ ਭੋਪਾਲੀ ਪਿੰਡ ਵਿੱਚ ਜਾ ਕੇ ਉਤਾਰਾ ਕੀਤਾ। ਨਿਸਾ ਬਿਤਾਵਨ ਕੀਨ ਸੁਖਾਲੀ, ਉੱਥੇ ਜਾ ਕੇ ਰਾਤ ਮਹਾਰਾਜ ਨੇ ਆਸਣ ਲਵਾਏ, ਬੜੇ ਆਨੰਦ ਨਾਲ ਰਾਤ ਜਿਹੜੀ ਹੈ ਉਹ ਸਤਿਗੁਰੂ ਜੀ ਨੇ ਨਾਮ ਜਪਦਿਆਂ ਸਫਲੀ ਕੀਤੀ। ਖਾਣ ਪਾਨ ਕਰ ਸਭ ਵਿਦ ਆਛੇ, ਉੱਥੇ ਜਲ ਪਾਣੀ ਲੰਗਰ ਖੁੱਲ੍ਹਾ ਤਿਆਰ ਕਰਵਾਇਆ। ਭਾਈ ਪ੍ਰਭਾਤ ਗਮਨ ਗੁਰ ਬਾਂਛੇ, ਉੱਥੋਂ ਵੀ ਅਗਲੇ ਦਿਨ ਚਾਲਾ ਪਾਉਣ ਦਾ ਫੁਰਨਾ ਬਣਾਇਆ ਜੀ। ਦਿਨ ਚੜ੍ਹਿਆ ਮਹਾਰਾਜ ਨੇ ਫਿਰ ਚੱਲਣ ਦਾ ਫੁਰਨਾ ਬਣਾਇਆ। ਪਹਿਲਾਂ ਦਾਸ ਦਾ ਫੁਰਨਾ ਸੀ ਵੀ ਇਹ ਪ੍ਰਸੰਗ ਛੱਡ ਦਈਏ ਵੀ ਸੇਵਾ ਹੀ ਨਹੀਂ ਕੀਤੀ ਇਹਨਾਂ ਨੇ, ਫਿਰ ਮਨ 'ਚ ਆਖਿਆ ਨਹੀਂ ਸੁਣਨਾ ਚਾਹੀਦਾ। ਕਿਉਂ ਵੀ ਜਦੋਂ ਸਾਡੇ ਘਰ ਆਏ ਸੰਤ ਪ੍ਰਾਹੁਣੇ ਤਾਂ ਇਹ ਨਾ ਹੋਏ ਅਸੀਂ ਵੀ ਕਹੀਏ ਨਹੀਂ ਨਹੀਂ ਗਵਾਂਢੀਆਂ ਲਿਜਾਇਓ ਇੱਧਰ ਨਾ ਆਇਓ, ਫਿਰ ਕੀ ਹੁੰਦਾ, ਫਿਰ ਖੁਸ਼ੀ ਨਹੀਂ ਮਿਲਦੀ, ਖੁਸ਼ੀ ਨਹੀਂ ਮਿਲਦੀ। ਸ਼ਰਧਾ ਨਾਲ ਭਾਵਨਾ ਦੇ ਨਾਲ ਆਏ ਹੋਏਆਂ ਦੀ ਸੇਵਾ ਕਰਨੀ ਚਾਹੀਦੀ ਹੈ। ਕੋਈ ਨਹੀਂ ਪਤਾ ਕਿਹਦੇ ਰੂਪ ਵਿੱਚ ਰੱਬ ਨੇ ਹੀ ਆ ਜਾਣਾ, ਕੋਈ ਨਹੀਂ ਪਤਾ। ਸੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਸਦਾ ਸ਼ੁਭ ਮਤ ਸਾਨੂੰ ਬਖਸ਼ਣ। ਇਹੋ ਆ ਜਿਹੜੇ ਸਾਰੇ ਪਿੰਡਾਂ ਦੀ ਬੈਲਟ ਹੈ ਨਾ, ਇਹ ਸਾਰੇ ਮਹਾਂਮੂਰਖ ਨੇ, ਕੰਜੂਸ ਬੰਦੇ ਲੱਗਦੇ ਜੀ, ਕੰਜੂਸ ਲੱਗਦੇ ਆ। ਕਈ ਵਾਰੀ ਵੇਖਿਆ ਇਲਾਕਿਆਂ ਦਾ ਹੀ ਫਰਕ ਹੁੰਦਾ, ਇਲਾਕਿਆਂ ਦਾ ਹੀ ਜੀ, ਇਲਾਕਿਆਂ ਦੇ ਇਲਾਕੇ, ਉਸ ਇਲਾਕੇ 'ਚ ਜਿੰਨੇ ਪਿੰਡ ਹੁੰਦੇ ਸਾਰੇ ਖੁਸ਼ਕ ਜਿਹੇ ਹੁੰਦੇ ਆ, ਕਈ ਬੜੀ ਸ਼ਰਧਾ ਵਾਲੇ ਹੁੰਦੇ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਨੂੰ ਸਦਾ ਸ਼ਰਧਾ ਬਖਸ਼ਣ, ਪਿਆਰ ਬਖਸ਼ਣ। ਬਹੁਤ ਖੁਸ਼ੀ ਹੋਈ ਆ ਸਾਡੇ ਸਤਿਕਾਰਯੋਗ ਮਾਤਾ ਗੁਰਬਖਸ਼ ਕੌਰ ਜੀ, ਜਿਨ੍ਹਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖਾਂ ਦੀ ਸੰਗਤ ਕੀਤੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਸੰਗਤ ਕੀਤੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਸੰਗਤ ਕੀਤੀ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੀ ਸੰਗਤ ਕੀਤੀ। ਕਿੰਨੇ ਮਹਾਂਪੁਰਖਾਂ ਮਹਾਤਮਾਵਾਂ ਦੀ ਸੰਗਤ ਕਰਨ ਦਾ
ਉਹਨਾਂ ਨੂੰ ਜ਼ਿੰਦਗੀ ਵਿੱਚ ਮੌਕਾ ਮਿਲਿਆ ਜੀ। ਅਤੇ ਜਦੋਂ ਇਹਨਾਂ ਨੂੰ ਤੱਕੀ ਦਾ ਆਤ ਦੀ ਬਜ਼ੁਰਗੀ ਵਿੱਚ ਵੀ ਸੇਵਾ ਭਾਵਨਾ ਮਹਾਰਾਜ ਨੇ ਬਖਸ਼ਿਸ਼ ਕੀਤੀ। ਬਾਬਾ ਬਰਿਆਰਾਂ ਵਾਲੇ ਮਹਾਂਪੁਰਖਾਂ ਨੇ ਅਤੇ ਨਾਮ ਹੀ ਇਹਨਾਂ ਦਾ ਬੀਬੀ ਸੇਵਾ ਪਾਇਆ ਸੀਗਾ ਜੀ। ਸੇਵਾ ਇੰਨੀ ਕਰਨੀ ਅਤੇ ਨਾਮ ਹੀ ਸੇਵਾ ਹੀ ਪਾ ਦਿੱਤਾ, ਨਾਮ ਹੀ ਸੇਵਾ ਪਾ ਦਿੱਤਾ ਜੀ। ਸੋ ਆਏ ਨੇ, ਬਹੁਤ ਖੁਸ਼ੀ ਹੈ। ਆਓ ਹੁਣ ਸਾਰੇ ਗੁਰਮੰਤਰ ਦਾ ਜਾਪ ਕਰੀਏ, ਫਿਰ ਖਿਮਾ ਮੰਗੀਏ। ਸੁਭਾਅ ਹੁੰਦੇ ਆ ਜਨਮਾਂ ਜਨਮਾਂ ਦੇ, ਪੱਕੇ ਹੁੰਦੇ ਆ, ਛੇਤੀ ਨਹੀਂ ਜਾਂਦੇ। ਹੁਣ ਤੁਸੀਂ ਸੁਣਿਆ ਹੀ ਆ ਪੰਧੇਰੀ ਵਾਲਿਆਂ ਦਾ ਸੁਭਾਅ ਸੀ ਕੰਜੂਸੀ ਦਾ, ਮਾਇਆ ਲਈ ਹੈ, ਜਾ ਰਹੇ ਹੈ, ਗੁੜ ਲਿਆ ਵਾ, ਪਰ ਕੰਜੂਸ ਇੰਨੇ ਹੈ ਸਭ ਕੁਝ ਵਿੱਚ ਹੀ ਰੱਖ ਦਿੱਤਾ ਅਤੇ ਉਂਝ ਹੀ ਦਰਸ਼ਨ ਕਰਨ ਚਲੇ ਗਏ। ਸੁਭਾਅ ਜਨਮਾਂ ਜਨਮਾਂ ਦਾ। ਉਹ ਕਹਿੰਦੇ ਆ ਨਾ, ਸੂਮ ਕਹੇ ਸੁਣ ਕਿਰਪਨਾ, ਤੂੰ ਕਿਉਂ ਹੋਇਓ ਉਦਾਸ, ਜਾਂ ਕਿਧਰੇ ਤੇਰਾ ਧਨ ਗਿਆ, ਜਾਂ ਕਰ ਬੈਠਾ ਹੈ ਦਾਨ। ਉਹ ਕਹਿੰਦਾ, ਨਾ ਕਿਧਰੇ ਮੇਰਾ ਧਨ ਗਿਆ, ਨਾ ਮੈਂ ਕੀਤਾ ਦਾਨ, ਦਾਨ ਦਿੰਦੇ ਨੂੰ ਦੇਖ ਕੇ ਖੁਸ਼ਕ ਹੋ ਗਏ ਮੇਰੇ ਪ੍ਰਾਣ। ਕਹਿੰਦਾ, ਕੋਈ ਦਾਨ ਕਰਨ ਦਿਆ ਹੀ, ਮੈਂ ਤਾਂ ਉਦਾਸ ਹਾਂ ਵੀ ਐਵੇਂ ਪੈਸੇ ਸੁੱਟੀ ਜਾਂਦੇ ਆ। ਇੱਦਾਂ ਦੇ ਲੋਕ ਵੀ ਹੁੰਦੇ ਆ। ਮਹਾਰਾਜ ਕਿਰਪਾ ਕਰਨ, ਬਚਾ ਕੇ ਰੱਖਣ। ਜਪੋ ਨਾਮ, ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨਾ, ਜੀ ਆਇਆਂ ਨੂੰ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਓ। ਅਗਲਾ ਪ੍ਰਸੰਗ ਕੱਲ੍ਹ ਨੂੰ ਸਰਵਨ ਕਰਾਂਗੇ। ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।